ਤੇਰਾ ਕੀਤਾ ਜਤੋ ਨਾਹੀ ਮੈਨੋ ਜੋਗ ਕੀਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਦੀਨ ਦਰਦ ਦੁਖ ਭੰਜਨ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਏ ਨਾਨਕ ਕੇ ਪ੍ਰਭ ਹੋਵੈ ਸਿਫਤ ਖਸਮ ਨੂਰ ਅਰਸੋਂ ਗੁਰਸੋਂ ਚਟੀ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕੇਦਾਰਾ ਮਹੱਲਾ ਪੰਜਵਾਂ ਹਰ ਕੇ ਨਾਮ ਬਿਨ ਤ੍ਰਿਗ ਸਰੋਤ ਜੀਵਨ ਰੂਪ ਵਿਸਾਰ ਜੀਵੈ ਤੇਹ ਕਤ ਜੀਵਨ ਹੋਤ ਹਰ ਕੇ ਨਾਮ ਬਿਨ ਤ੍ਰਿਗ ਸਰੋਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨੂੰ ਵਾਜੀ ਗੁਰੂ ਕੀ ਸੰਗਤ ਸਤਿਗੁਰੂ ਕਿਰਪਾ ਕਰਕੇ ਅੰਮ੍ਰਿਤ ਵੇਲੇ ਦਾ ਸਮਾਂ ਸਾਨੂੰ ਬਖਸ਼ਿਆ ਹੈ ਗੁਰਬਾਣੀ ਦੀਆਂ ਦਾਤਾਂ ਦੇ ਨਾਲ ਮਹਾਰਾਜ ਸਾਨੂੰ ਨਿਵਾਜ ਰਹੇ ਨੇ ਪਵਿੱਤਰ ਗੁਰਬਾਣੀ ਸ੍ਰੀ ਆਸਾ ਦੀ ਵਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ ਇਸ ਵੇਲੇ ਸਤਿਗੁਰੂ ਜੀ ਕਥਾ ਦੇ ਉਪਦੇਸ਼ ਦੇ ਨਾਲ ਸਾਨੂੰ ਸ਼ਬਦ ਦੇ ਅੰਦਰ ਸੋਝੀ ਬਖਸ਼ਿਸ਼ ਕਰ ਰਹੇ ਨੇ ਆਓ ਮਨ ਦੇ ਧਿਆਨ ਨੂੰ ਟਿਕਾਈਏ ਭਾਵਨਾ ਦੇ ਨਾਲ ਮਹਾਰਾਜ ਦੇ ਅੰਮ੍ਰਿਤ ਬਚਨ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਸਰੀਰ ਕਰਕੇ ਬੈਠੇ ਹਾਂ ਮਹਾਰਾਜ ਦੀ ਸੁੰਦਰ ਹਜ਼ੂਰੀ ਦੇ ਅੰਦਰ ਮਨ ਕਰਕੇ ਵੀ ਬੈਠੀਏ ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕੇਦਾਰਾ ਮਹੱਲਾ
ਪੰਜਵਾਂ ਕੇਦਾਰਾ ਰਾਗ ਦਾ ਇਹ ਸ਼ਬਦ ਹੈ। ਪੰਜਵੇਂ ਗੁਰਦੇਵ ਗੁਰੂ ਅਰਜਨ ਦੇ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਦੇ ਹਨ। ਹਰ ਕੇ ਨਾਮ ਬਿਨ ਤ੍ਰਿਗ ਸਰੋਤ। ਮਹਾਰਾਜ ਕਹਿਣ ਲੱਗੇ, ਭਾਈ ਜਿਹੜੇ ਕੰਨ ਪਰਮੇਸ਼ਰ ਦੀ ਸਿਫਤ ਨਹੀਂ ਸੁਣਦੇ, ਅਸੀਂ ਆਪਣੇ ਇਹਨਾਂ ਕੰਨਾਂ ਦੇ ਨਾਲ ਨਿੰਦਿਆ ਸੁਣਦੇ ਹਾਂ ਨਾ, ਚੁਗਲੀ ਸੁਣਦੇ, ਗੰਦੇ ਮੰਦੇ ਗਾਣੇ ਸੁਣਦੇ, ਮਾੜੀਆਂ ਗੱਲਾਂ ਸੁਣਦੇ। ਮਹਾਰਾਜ ਕਹਿੰਦੇ, ਜਿਹਨੇ ਆਪਣੇ ਕੰਨਾਂ ਨਾਲ ਪਰਮਾਤਮਾ ਤੇਰਾ ਨਾਮ ਨਹੀਂ ਸੁਣਿਆ, ਉਹਦੇ ਕੰਨਾਂ ਨੂੰ ਤ੍ਰਿਗਾਕਾਰ ਹੈ, ਲਾਹਣਤ ਹੈ ਉਹ ਕੰਨਾਂ ਨੂੰ। ਸਰੋਤ ਜਿਹੜੇ ਸੁਣਨ ਵਾਲੇ ਨੇ ਉਹਨੇ ਕੰਨ, ਅਤੇ ਹਜ਼ਾਰ ਵਾਰੀ ਕਿਸੇ ਨੂੰ ਲਾਹਣਤਾਂ ਪਾ ਲਈਏ ਤਾਂ ਤ੍ਰਿਗ ਬਣ ਜਾਂਦੀ ਹੈ, ਅਤੇ ਹਜ਼ਾਰ ਵਾਰੀ ਕਿਸੇ ਨੂੰ ਫਿੱਟੇ ਮੂੰਹ ਕਹਿ ਦਈਏ ਤਾਂ ਲਾਹਣਤ ਬਣ ਜਾਂਦੀ ਹੈ। ਮਹਾਰਾਜ ਕਹਿੰਦੇ, ਐਸਾ ਉਸਦਾ ਜੀਵਨ ਹੈ ਕਿ ਜਿਸ ਵਿਅਕਤੀ ਨੇ ਆਪਣੇ ਕੰਨਾਂ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਸੁਣਿਆ, ਉਹਦੇ ਕੰਨਾਂ ਨੂੰ ਤ੍ਰਿਗਾਕਾਰ ਹੈ। ਇਹ ਸਰਵਨ ਉਹ ਮੇਰੇ ਹੋ ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ। ਸੁਣੋ ਸਤ ਬਾਣੀ, ਗੁਰਬਾਣੀ ਦਾ ਬਚਨ ਕਿ ਤੁਹਾਨੂੰ ਜੇ ਸਰੀਰ ਦੇ ਨਾਲ ਲਾ ਕੇ ਪਰਮਾਤਮਾ ਨੇ, ਅਕਾਲ ਪੁਰਖ ਨੇ ਦੁਨੀਆ 'ਤੇ ਭੇਜਿਆ, ਉਹ ਇਸ ਵਾਸਤੇ ਭੇਜਿਆ ਹੈ ਕਿ ਤੁਸੀਂ ਇਸ ਨਾਮ ਬਾਣੀ ਨੂੰ ਸਰਵਨ ਕਰੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਜਿਨ੍ਹਾਂ ਨੇ ਨਾਮ ਨਹੀਂ ਨਾ ਸੁਣਿਆ, ਉਹ ਜਿਹੜੇ ਵਿਅਕਤੀ ਹਨ ਉਹਨਾਂ ਦਾ ਜੀਵਨ ਤ੍ਰਿਗਾਕਾਰ ਹੈ, ਤ੍ਰਿਗਾਕਾਰ ਹੈ ਜਿਨ੍ਹਾਂ ਨੇ ਕੰਨਾਂ ਵਿੱਚ ਪਰਮੇਸ਼ਰ ਦੀ ਸਿਫਤ ਨੂੰ ਨਹੀਂ ਸੁਣਿਆ ਹੈ। ਜੀਵਨ ਰੂਪ ਵਿਸਾਰ ਜੀਵ, ਉਹ ਜੋ ਜੀਵਨ ਰੂਪ ਹੈ ਪਰਮਾਤਮਾ, ਸਾਰਿਆਂ ਨੂੰ ਜੀਵਨ ਦੇਣ ਵਾਲਾ ਹੈ, ਐਸੀ ਜਿਸ ਨੇ ਕਿਰਪਾ ਕੀਤੀ ਹੈ, ਉਹਦੇ ਨਾਮ ਨੂੰ ਭੁਲਾ ਕੇ ਜਿਹੜੇ ਵਿਅਕਤੀ ਜਿਉਂਦੇ ਨੇ, ਅਤੇ ਸਾਨੂੰ ਨਾਮ ਜਪਣ ਦੀ ਕੋਈ ਲੋੜ ਨਹੀਂ ਹੈ, ਜਿਹੜੇ ਉਸਦੇ ਨਾਮ ਨੂੰ ਵਿਸਾਰ ਕੇ ਭੁਲਾ ਕੇ ਜਿਉਂਦੇ ਪਏ, ਉਹਨਾਂ ਦੀ ਕੈਸੀ ਹਾਲਤ ਹੈ। ਤੇ ਕਤ ਜੀਵਨ ਹੋਤ। ਮਹਾਰਾਜ ਕਹਿਣ ਲੱਗੇ, ਉਹਨਾਂ ਦਾ ਜਿਉਣਾ ਕਾਹਦਾ ਹੈ, ਉਹਨਾਂ ਦਾ ਜਿਉਣਾ ਮੁਰਦੇ ਦੇ ਤੁਲ ਹੈ। ਸੋ ਇਸ ਕਰਕੇ ਉਹ ਲੋਕ ਜਿਹੜੇ ਨੇ ਉਹਨਾਂ ਦਾ ਜੀਵਨ ਮੁਰਦੇ ਦੇ ਤੁਲ ਹੈ, ਮੁਰਦੇ ਵਰਗਾ ਜੀਵਨ ਹੈ, ਕਿਉਂਕਿ ਨਾਮ ਨਹੀਂ ਨਾ ਜਪਿਆ। ਨਾਮ ਨਹੀਂ ਜਪਣ ਕਰਕੇ ਮਹਾਰਾਜ ਕਹਿਣ ਲੱਗੇ, ਤੇ ਇਹ ਕਤ ਜੀਵਨ ਹੋਤ। ਉਹਦਾ ਜੀਵਨ ਕਿਸ ਤਰ੍ਹਾਂ ਹੈ, ਮੁਰਦੇ ਵਰਗਾ ਹੈ, ਜਿਸ ਨੇ ਜੀਵਨ ਰੂਪ ਪਰਮਾਤਮਾ ਨੂੰ ਭੁਲਾ ਦਿੱਤਾ ਹੈ। ਖਾਤ ਪੀਤ ਅਨੇਕ ਵਿੰਜਨ। ਪਾਤਸ਼ਾਹ ਕਹਿਣ ਲੱਗੇ, ਅਨੇਕ ਤਰ੍ਹਾਂ ਦੇ ਵਿੰਜਨ ਕਹੀਏ ਭੋਜਨ ਛਕਦਾ ਹੈ। ਦਿਨੇ ਆਖਦਾ ਮੈਨੂੰ ਇਹ ਭੋਜਨ ਛਕਣ ਵਾਸਤੇ ਦਿਓ, ਦੁਪਹਿਰੇ ਕਹਿੰਦਾ ਮੈਨੂੰ ਇਹ ਖਾਣ ਵਾਸਤੇ ਦੇ ਦਿਓ, ਸ਼ਾਮ ਨੂੰ ਕਹਿੰਦਾ ਇਹ ਛਕਾਂਗਾ। ਗੁਰਬਾਣੀ ਦਾ ਮਹਾਂਵਾਕ ਇਹ ਆ, ਖਾਂਦਿਆਂ ਖਾਂਦਿਆਂ ਮੂੰਹ ਘੱਠਾ, ਛਕਦਿਆਂ ਛਕਦਿਆਂ ਨਾ ਮੂੰਹ ਘਸ ਗਿਆ, ਦੰਦ ਵੀ ਟੁੱਟ ਗਿਆ, ਮੂੰਹ ਵੀ ਘਸ ਗਿਆ ਹੈ, ਪਰ ਖਾਣੋ ਨਹੀਂ ਹਟਿਆ। ਖਾਣ ਵਾਲਾ ਮੂੰਹ ਘਸ ਗਿਆ ਹੈ, ਪਰ ਬੰਦਾ ਖਾਣੋ ਨਹੀਂ ਹਟਿਆ। ਖਾਂਦਿਆਂ ਖਾਂਦਿਆਂ ਮੂੰਹ ਘੱਠਾ, ਖਾਂਦਿਆਂ ਖਾਂਦਿਆਂ ਮੂੰਹ ਘਸ ਗਿਆ, ਦੰਦ ਟੁੱਟ ਗਏ, ਪੈਨੰਦਿਆਂ ਸਭ ਅੰਗ ਕੱਪੜੇ ਪਾ ਪਾ ਕੇ ਗਲ ਵਿੱਚ ਅੰਗ ਵੀ ਘਸ ਗਏ। ਨਾਨਕ ਤ੍ਰਿਗ ਤਿੰਨਾਂ ਕਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਪਰਮਾਤਮਾ ਨਾਲ ਪਿਆਰ ਫਿਰ ਵੀ ਨਹੀਂ ਲੱਗਾ ਬੰਦਿਆ, ਅਤੇ ਤੇਰੇ ਜੀਵਨ ਨੂੰ ਤ੍ਰਿਗਾਕਾਰ ਹੈ, ਲਾਹਣਤ ਹੈ ਐਸੇ ਜੀਵਨ ਨੂੰ। ਪਾਤਸ਼ਾਹ ਕਹਿਣ ਲੱਗੇ, ਖਾਤ ਖਾਤ ਕੀ ਇਹ ਖਾਂਦਾ ਹੈ, ਅਨੇਕ ਤਰ੍ਹਾਂ ਦੇ ਭੋਜਨ,
ਪੀਤ ਕਹੀਏ ਪੀਂਦਾ ਹੈ, ਅਨੇਕ ਤਰ੍ਹਾਂ ਦੇ ਪੁੱਜ ਲਿਆਓ, ਸ਼ਰਦਾਈ ਬਣਾ ਕੇ ਲਿਆਓ ਮੇਰੇ ਵਾਸਤੇ, ਮੇਰੇ ਵਾਸਤੇ ਨਿੰਬੂ ਪਾਣੀ ਬਣਾ ਕੇ ਲਿਆਓ, ਦੁੱਧ ਵਿੱਚ ਰੂਹ ਅਫਜਾਈ ਪਾ ਕੇ ਲਿਆਓ, ਪੀਂਦਾ ਬੜੇ ਤਰ੍ਹਾਂ ਦੇ ਭੋਜਨ। ਹੁਣ ਫਲਾਣਾ ਜਿਹੜਾ ਹੈ ਉਹ ਜੂਸ ਲੈ ਕੇ ਆਓ ਮੇਰੇ ਵਾਸਤੇ, ਉਹ ਵੀ ਪੀਂਦਾ ਹੈ। ਹੁਣ ਸਲੂਣੇ ਭੋਜਨ ਲੈ ਆਓ, ਮਿੱਠੇ ਭੋਜਨ ਲੈ ਆਓ। ਖਾਤ ਪੀਤ ਅਨੇਕ ਵਿੰਜਨ, ਵਿੰਜਨ ਕਹੀਏ ਭੋਜਨ, ਕਈ ਤਰ੍ਹਾਂ ਦੇ ਛਕਦਾ ਹੈ। ਜੈਸੇ ਭਾਰ ਬਹਾਖੋਤ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਵੇਂ ਬਾਹਰ ਖੋਤਾ ਭਾਰ ਚੁੱਕਣ ਵਾਲਾ ਹੈ ਨਾ, ਇਸ ਤਰ੍ਹਾਂ ਹੀ ਬੰਦਿਆ ਤੇਰਾ ਜੀਵਨ ਹੈ। ਸੋ ਭਾਰ ਚੁੱਕਣ ਵਾਲੇ ਖੋਤੇ ਵਾਂਗੂ ਪੇਟ ਭਰਦਾ ਫਿਰਦਾ ਹੈ, ਜਿੱਥੇ ਮਿਲ ਜਾਂਦਾ ਉੱਥੇ ਹੀ ਛਕ ਲੈਂਦਾ ਹੈ, ਐਸੀ ਇਸ ਦੀ ਹਾਲਤ ਬਣੀ ਹੈ। ਫਿਰ ਫਰਮਾਉਂਦੇ ਹਨ, ਜੈਸੇ ਭਾਰ ਬਹਾਖੋਤ, ਗੁਰਮੁਖੋ ਖੋਤਾ ਜਿਹੜਾ ਹੈ ਨਾ, ਸਾਰੀ ਉਮਰ ਆਪਣੀ ਪਿੱਠ 'ਤੇ ਚੁੱਕ ਚੁੱਕ ਕੇ ਚਾਰਾ ਲੈ ਕੇ ਆਉਂਦਾ, ਕਦੇ ਦਾਣੇ ਲੈ ਕੇ ਆਉਂਦਾ, ਕਦੇ ਕੁਝ ਲੈ ਕੇ ਆਉਂਦਾ, ਪਰ ਜਦੋਂ ਖੋਤੇ ਦੇ ਖਾਣ ਦੀ ਵਾਰੀ ਆਉਂਦੀ ਹੈ ਨਾ, ਖੋਤੇ ਨੂੰ ਖੁੱਲ੍ਹਾ ਛੱਡ ਦਿੰਦੇ ਵੀ ਜਾ ਕੇ ਰੂੜੀ 'ਤੇ ਮੂੰਹ ਮਾਰ ਜਾ ਕੇ, ਅਤੇ ਖੋਤਾ ਰੂੜੀ 'ਤੇ ਜਾ ਕੇ ਸੁੱਕੇ ਤੀਲੇ ਚੁੱਕ ਚੁੱਕ ਕੇ ਖਾਂਦਾ। ਕੁਝ ਟਾਂਡੇ ਐਸੇ ਨੇ ਜਿਹੜੇ ਗੋਹੇ ਦੇ ਵਿੱਚ ਲਿਬੜੇ ਹੋਏ, ਉਹਨਾਂ ਨੂੰ ਵਿੱਚੋਂ ਗੋਹੇ ਦਿਓ ਖਿੱਚ ਖਿੱਚ ਕੇ ਉਹਨਾਂ ਟਾਂਡਿਆਂ ਨੂੰ ਖਾਂਦਾ। ਖੋਤੇ ਦਾ ਜੀਵਨ ਕੈਸਾ ਹੈ, ਦੁੱਧ ਦੇਣ ਵਾਲੇ ਪਸ਼ੂਆਂ ਵਾਸਤੇ ਤਾਂ ਭਰੀਆਂ ਆਪਣੇ ਪਿੱਠ 'ਤੇ ਚੁੱਕ ਚੁੱਕ ਕੇ ਲੈ ਕੇ ਆਇਆ, ਪਰ ਜਦੋਂ ਆਪਣੀ ਵਾਰੀ ਆਈ ਹੈ ਉਦੋਂ ਰੂੜੀ 'ਤੇ ਜਾ ਕੇ ਸੁੱਕੇ ਕੱਖ ਖਾਂਦਾ। ਮਹਾਰਾਜ ਕਹਿਣ ਲੱਗੇ, ਬੰਦਿਆ ਹਾਲਤ ਤੇਰੀ ਵੀ ਕੁਝ ਐਸੀ ਹੈ ਜਿਵੇਂ ਘੁਮਿਆਰਾਂ ਨੇ ਖੋਤਾ ਰੱਖਿਆ ਹੈ, ਇਹ ਪੁੱਤਰ ਧੀਆਂ ਇਹ ਸਾਰੇ ਉਹ ਨੇ ਜਿਹੜੇ ਘੁਮਿਆਰ ਨੇ, ਅਤੇ ਤੈਨੂੰ ਖੋਤਾ ਰੱਖਿਆ ਹੋਇਆ ਇਹਨਾਂ ਨੇ, ਤੂੰ ਉਹਨਾਂ ਦੇ ਵਾਸਤੇ ਸਮਾਨ ਢੋਂਦਾ ਹੈ, ਅੱਜ ਪੁੱਤਰ ਵਾਸਤੇ ਇਹ ਕੁਰਬਾਨੀ ਕਰਨੀ, ਅੱਜ ਧੀ ਵਾਸਤੇ ਇਹ ਜ਼ਿੰਮੇਵਾਰੀ ਸਾਂਭਣੀ ਹੈ। ਜਿਵੇਂ ਖੋਤਾ ਦੂਜਿਆਂ ਦੀਆਂ ਜ਼ਿੰਮੇਵਾਰੀਆਂ ਸਾਂਭਦਾ ਨਾ, ਆਪਣੇ ਲੱਕ ਦੇ ਉੱਪਰ ਭਾਰ ਢੋਂਦਾ, ਬੰਦਿਆ ਤੂੰ ਵੀ ਜ਼ਿੰਮੇਵਾਰੀਆਂ ਦੇ ਭਾਰ ਹੀ ਢੋਂਦਾ ਪਿਆ, ਅੱਜ ਫਲਾਣੇ ਦਾ ਕੰਮ ਕਰਨਾ, ਅੱਜ ਫਲਾਣੇ ਦਾ ਕੰਮ ਕਰਨਾ। ਅਤੇ ਜਿਵੇਂ ਖੋਤਾ ਬਾਹਰੋਂ ਰੂੜੀ ਤੋਂ ਕੱਖ ਚੁੱਕ ਕੇ ਖਾਂਦਾ, ਕੰਮ ਕਰਦਿਆਂ ਕਰਦਿਆਂ ਟਾਈਮ ਰੋਟੀ ਦਾ ਲੰਘ ਜਾਂਦਾ ਹੈ, ਆਪਣੇ ਵਾਸਤੇ ਸੁੱਕੀ ਮਿੱਸੀ ਜੇ ਮਿਲ ਗਈ ਤਾਂ ਉਹ ਖਾ ਲੈਂਦਾ, ਕੋਈ ਗੱਲ ਨਹੀਂ, ਇਹਨਾਂ ਨੂੰ ਛਕ ਲੈਂਦੇ, ਮੈਂ ਬਾਅਦ 'ਚ ਖਾਵਾਂਗਾ। ਜਿਵੇਂ ਖੋਤਾ ਗੋਹੇ ਦੇ ਲਿਬੜੇ ਹੋਏ ਕੱਖ ਖਾਂਦਾ ਹੈ, ਇਹ ਸਾਰਿਆਂ ਦੀ ਬਚੀ ਹੋਈ ਮਗਰੋਂ ਜੂਠ ਖਾ ਲੈਂਦਾ ਹੈ, ਕੋਈ ਨਹੀਂ ਇਹਦਾ ਜੂਠਾ ਵੀ ਮੈਨੂੰ ਦੇ ਦਿਓ, ਇਹਦਾ ਜੂਠਾ ਵੀ ਮੈਨੂੰ ਦੇ ਦਿਓ। ਪੁੱਤਰਾਂ ਧੀਆਂ ਦੇ, ਪੋਤਰੇ ਪੜੋਤਰਿਆਂ ਦੇ, ਦੋਤਰੇ ਦੋਤਰੀਆਂ ਦੇ ਜੂਠੇ ਮਗਰੋਂ ਆਪ ਖਾਂਦਾ ਪਿਆ, ਬਚੇ ਹੋਏ ਖਾਂਦਾ ਪਿਆ। ਪਾਤਸ਼ਾਹ ਕਹਿਣ ਲੱਗੇ, ਹਾਲਤ ਤੇਰੀ ਖੋਤੇ ਵਰਗੀ ਹੈ ਬਿਲਕੁਲ, ਜਿਵੇਂ ਖੋਤਾ ਦੂਜਿਆਂ ਵਾਸਤੇ ਭਰੀਆਂ ਚੁੱਕੇ ਲਿਆਉਂਦਾ ਪਰ ਆਪ ਸੁੱਕੇ ਕੱਖ ਰੂੜੀ ਤੋਂ ਖਾਂਦਾ ਹੈ, ਬੰਦਾ ਵੀ ਜ਼ਿੰਮੇਵਾਰੀਆਂ ਦੀ ਭਰੀਆਂ ਚੁੱਕ ਚੁੱਕ ਕੇ ਲਿਆਉਂਦਾ, ਜ਼ਿੰਮੇਵਾਰੀਆਂ ਸਾਂਭਦਾ ਰਹਿੰਦਾ ਹੈ, ਪਰ ਆਪਣੀ ਵਾਰੀ ਆਉਂਦੀ ਹੈ, ਕਹਿਣ ਲੱਗਾ ਕੋਈ ਨਹੀਂ ਮੈਨੂੰ ਪੁਰਾਣਾ ਕੁੜਤਾ ਹੀ ਦੇ ਦਿਓ, ਮੈਂ ਇਹਦੇ ਵਿੱਚ ਹੀ ਵਿਆਹ ਵੇਖ ਲੈਣਾ, ਆ ਪੁਰਾਣੀ ਜੁੱਤੀ 'ਤੇ ਕੱਪੜਾ ਮਾਰ ਦਿਓ, ਮੈਂ ਇਹਦੇ ਨਾਲ ਹੀ ਕੰਮ ਸਾਰ ਲੈਣਾ ਹੈ, ਤੁਸੀਂ ਨਵੇਂ ਨਵੇਂ ਲਿਆ ਕੇ ਪਾ ਲਓ। ਕਹਿਣ ਲੱਗੇ, ਖੋਤੇ ਵਰਗਾ ਸੁਭਾਅ ਬਣ ਗਿਆ, ਭਾਰ ਢੋਂਦਿਆਂ ਢੋਂਦਿਆਂ ਹੁਣ ਤਾਂ ਸੁੱਕੇ ਤੀਲੇ ਖਾਣ ਵਾਸਤੇ ਕੋਲ ਹੀ ਰਹਿ ਗਏ, ਐਸੀ ਹਾਲਤ ਬਣ ਗਈ ਹੈ। ਆਠ ਪੈਰ ਮਹਾਂ ਸ਼ਰਮ ਪਾਇਆ, ਅੱਠ ਪੈਰ 24 ਘੰਟੇ ਬਣ ਜਾਂਦੇ, ਕਿਉਂਕਿ 3 ਘੰਟਿਆਂ ਦਾ ਇੱਕ ਪੈਰ ਹੈ, ਅਤੇ 8 + 24 = 24 ਘੰਟਿਆਂ ਦਾ ਇਹ ਦਿਨ ਅਤੇ ਰਾਤ ਹੈ, 12 ਘੰਟੇ ਦਿਨ ਦੇ, 12 ਘੰਟੇ ਰਾਤ। ਪਾਤਸ਼ਾਹ ਕਹਿੰਦੇ, ਐਸਾ ਜ਼ਿੰਮੇਵਾਰੀਆਂ ਵਿੱਚ ਫਸਿਆ ਹੈ ਵੀ ਸਾਰਾ ਦਿਨ ਹੀ ਕੰਮ ਕਰਦਿਆਂ ਲੰਘ ਜਾਂਦਾ, ਫਿਰ ਸਾਰੀ ਰਾਤ ਵੀ ਕੰਮ ਵਿੱਚ ਲੰਘ ਜਾਂਦੀ ਹੈ। ਹੁਣ ਵੀ ਆਪਾਂ ਨੂੰ ਸੰਗਤ ਵਿੱਚ ਕਿਤੇ 1/2 ਘੰਟਾ ਬੈਠਣਾ ਪਵੇ ਨਾ,
ਅਤੇ ਬੜਾ ਮੁਸ਼ਕਲ ਲੱਗਦਾ, ਘੜੀ ਵੱਲ ਵੇਖਦੇ ਰਹੀਦਾ ਵੀ ਛੇਤੀ ਭੱਜੀਏ, ਕਿਤੇ ਫਲਾਣਾ ਕੰਮ ਮੇਰੇ ਬਿਨਾਂ ਵਿਗੜੀ ਨਾ ਜਾਵੇ। ਅਤੇ ਜਿੱਦਣ ਤੋਂ ਦੁਨੀਆ 'ਤੇ ਨਾ ਰਿਹਾ ਕੰਮ, ਤਾਂ ਉੱਦਣ ਵੀ ਚੱਲਦਾ ਰਹਿਣਾ ਹੈ, ਪਰ ਬੰਦੇ ਨੂੰ ਸਮਝਾਵੇ ਕੌਣ? ਮਹਾਰਾਜ ਕਹਿਣ ਲੱਗੇ, ਆਠ ਪਹਿਰ ਮਹਾਂ ਸ਼ਰਮ ਪਾਇਆ। ਸ਼ਰਮ ਕਹੀਏ ਥਕਾਵਟ, 24 ਘੰਟੇ ਕੰਮ ਕਰ ਕਰਕੇ ਥੱਕ ਜਾਂਦਾ ਹੈ, ਬੈਠਾ ਬੈਠਾ ਹੀ ਸੌਂ ਜਾਂਦਾ ਹੈ। ਇੰਨਾ ਕੰਮ ਕੀਤਾ ਵੀ ਹੁਣ ਹੱਡ ਗੋਡੇ ਮੋਢੇ ਦੁਖਦੇ ਪਏ, ਦਰਦ ਹੁੰਦਾ ਪਿਆ, ਐਸੇ ਕਸ਼ਟ ਸਹਿ ਸਹਿ ਕੇ ਕੰਮ ਕੀਤੇ ਹਨ। ਜੈਸੇ ਬਿਰਖ ਜੰਤੀ ਜੋਤ, ਮਹਾਰਾਜ ਕਹਿਣ ਲੱਗੇ, ਬਿਰਖ ਨਾਮ ਬਿਰਖਬ ਦਾ, ਬਿਰਖਬ ਕਹਿੰਦੇ ਬਲਦ। ਕਹਿਣ ਲੱਗੇ, ਜਿਵੇਂ ਬੰਦਿਆ ਬਲਦ ਜੋੜਿਆ ਨਾ ਕੋਹਲੂ ਦੇ ਉੱਪਰ ਬਾਣੀਏ ਨੇ, ਅਤੇ ਉਹ ਬਲਦ ਕੋਹਲੂ ਦੇ ਦੁਆਲੇ ਦੁਆਲੇ ਘੁੰਮਦਾ 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 ਸਾਰੀ ਉਮਰਾਂ ਉਸ ਕੋਹਲੂ ਦੇ ਦੁਆਲੇ ਹੀ ਕੱਢ ਦਿੰਦਾ। ਪਾਤਸ਼ਾਹ ਕਹਿਣ ਲੱਗੇ, ਪਰਿਵਾਰ ਤੇਰਾ ਕੋਹਲੂ ਹੈ, ਤੂੰ ਇਹਦੇ ਦੁਆਲੇ ਹੀ ਚੱਕਰ ਲਾਉਂਦਿਆਂ 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 ਸਾਰੀ ਉਮਰਾਂ ਹੀ ਲੰਘ ਜਾਂਦੀ ਆ। ਕੋਹਲੂ ਨੂੰ ਗੇੜਦਾ ਬਲਦ ਪਿਆ, ਬਲਦ ਦੀ ਸਾਰੀ ਉਮਰਾਂ ਕੋਹਲੂ ਗੇੜਦਿਆਂ ਲੰਘ ਜਾਂਦੀ ਹੈ, ਤੇਰੀ ਸਾਰੀ ਉਮਰਾਂ ਜ਼ਿੰਮੇਵਾਰੀਆਂ ਨੂੰ ਸਾਂਭਦਿਆਂ ਲੰਘ ਜਾਂਦੀ ਹੈ। ਕੋਹਲੂ ਦੁਆਲੇ ਉਹ ਘੁੰਮਦਾ ਰਹਿੰਦਾ, ਪਰਿਵਾਰ ਦੁਆਲੇ ਤੂੰ ਘੁੰਮਦਾ ਰਹਿੰਦਾ ਹੈ, ਲੋੜਾਂ ਪੂਰੀਆਂ ਕਰਨ ਵਾਸਤੇ ਐਸੀ ਮੁਸ਼ੱਕਤ ਕਰਦਾ ਹੈ। ਚਲੋ ਇਹਦੇ ਵਾਸਤੇ ਮੈਂ ਲੋਨ ਲੈ ਲੈਂਦਾ, ਮੇਰੀ ਤਨਖਾਹ ਆਉਂਦੀ ਹੈ, ਮੇਰੀ ਪੈਨਸ਼ਨ ਆਉਂਦੀ ਹੈ, ਇਹਦੇ ਵਾਸਤੇ ਕਰਜ਼ਾ ਮੈਂ ਚੁੱਕ ਲੈਂਦਾ, ਇਹਦੇ ਵਾਸਤੇ ਫਲਾਣਾ ਕੰਮ ਮੈਂ ਕਰ ਦਿੰਦਾ। ਮਹਾਰਾਜ ਕਹਿਣ ਲੱਗੇ, ਤੇਰੀ ਐਸੀ ਹਾਲਤ ਹੈ, ਜ਼ਿੰਮੇਵਾਰੀਆਂ ਚੁੱਕਦਿਆਂ ਚੁੱਕਦਿਆਂ ਕੋਹਲੂ ਦੇ ਬਲਦ ਵਾਲੀ ਹਾਲਤ ਬਣ ਗਈ ਹੈ। ਫਿਰ ਫਰਮਾਉਂਦੇ ਹਨ, ਜੈਸੇ ਬਿਰਖ ਜੰਤੀ ਜੋਤ, ਜਾਂ ਇਸ ਤਰ੍ਹਾਂ ਕਹਿਣ ਲੱਗੇ, ਜੰਤੀ ਨਾਮ ਗੁਰਮੁਖੋ ਖੂਹ ਦਾ ਵੀ ਹੈ, ਕੁਝ ਬਲਦ ਖੂਹ 'ਤੇ ਲੱਗੇ ਹੁੰਦੇ, ਖੂਹ ਦੇ ਦੁਆਲੇ ਦੁਆਲੇ ਘੁੰਮਦੇ ਆਉਂਦੇ, ਪਾਣੀ ਦੀਆਂ ਟਿੰਡਾਂ ਭਰ ਭਰ ਕੇ ਆਉਂਦੀਆਂ, ਖੇਤ ਅੱਗੋਂ ਸਿੰਚਦੇ ਰਹਿੰਦੇ। ਬਲਦ ਵਿਚਾਰਾ ਆਪ ਪਿਆਸਾ ਹੈ, ਜਿਹੜਾ ਪਾਣੀ ਖੂਹ ਵਿੱਚੋਂ ਕੱਢਦਾ ਪਿਆ ਉਹਨੂੰ ਨਹੀਂ ਕਿਸੇ ਨੇ ਪਾਣੀ ਪਿਆ ਵੀ ਤੂੰ ਵੀ ਪਾਣੀ ਪੀ ਲਾ, ਨਹੀਂ, ਪਰ ਉਹਦੇ ਕੋਲੋਂ ਪਾਣੀ ਕੱਢ ਕੱਢ ਕੇ ਖੂਹ ਦੇ ਵਿੱਚੋਂ ਖੇਤ ਭਰ ਲੈ। ਪਾਤਸ਼ਾਹ ਕਹਿੰਦੇ, ਹਾਲਤ ਤੇਰੀ ਵੀ ਐਸੀ ਹੈ, ਬਾਕੀਆਂ ਦੇ ਵਾਸਤੇ ਪਦਾਰਥ ਲੱਭਦਾ ਰਹਿੰਦਾ, ਫਲਾਣੇ ਵਾਸਤੇ ਆਹ ਵੀ ਕਰਦਿਆਂ ਫਲਾਣੇ ਵਾਸਤੇ ਆਹ ਵੀ ਕਰਦਿਆਂ ਦੂਜਿਆਂ ਦੇ ਘਰ ਭਰ ਦਿੰਦਾ ਹੈ, ਆਪਣੇ ਵਾਸਤੇ ਕੁਝ ਨਹੀਂ ਕੋਲ ਰੱਖਿਆ। ਪਾਤਸ਼ਾਹ ਕਹਿੰਦੇ, ਐਸੀ ਤੇਰੀ ਹਾਲਤ ਉਸ ਬਲਦ ਵਰਗੀ ਹੈ, ਜਿਹੜਾ ਕਿਸਾਨ ਦੇ ਖੂਹ 'ਤੇ ਲੱਗਾ ਹੋਇਆ ਖੇਤ 'ਤੇ ਭਰ ਦਿੰਦਾ ਹੈ, ਆਪ ਪਾਣੀ ਤੋਂ ਪਿਆਸਾ ਹੈ, ਤੂੰ ਵੀ ਦੁਨੀਆ ਦੇ ਕੰਮ 'ਤੇ ਬੜੇ ਕਰ ਦਿੰਦਾ, ਜ਼ਿੰਮੇਵਾਰੀਆਂ ਸਾਂਭ ਕੇ ਲੋਕਾਂ ਦੇ ਘਰ ਭਰ ਦਿੰਦਾ ਹੈ, ਆਪ ਤੈਨੂੰ ਪਾਉਣ ਵਾਸਤੇ ਨਾ ਕੋਈ ਬਸਤਰ ਨਾ ਕੋਈ ਜੋੜਾ ਕੁਝ ਨਹੀਂ ਜੁੜਦਾ। ਕਹਿਣ ਲੱਗੇ, ਪੁਰਾਣਿਆਂ ਨਾਲ ਹੀ ਕੰਮ ਚਲਾ ਲੈਂਦੇ ਹਾਂ, ਐਸੀ ਤੇਰੀ ਹਾਲਤ ਬਣੀ ਹੋਈ ਹੈ। ਤਜ ਗੋਪਾਲ ਜਿਆਂ ਲਾਗੇ, ਗੋਪਾਲ ਨਾਮ ਪਰਮਾਤਮਾ ਦਾ ਹੈ। ਕਹਿੰਦੇ ਭਾਈ, ਜਿਹੜੇ ਪਰਮਾਤਮਾ ਨੂੰ ਛੱਡ ਕੇ ਆਣ ਕਹੀਏ ਹੋਰਾਂ ਪਾਸੇ ਲੱਗ ਗਿਆ, ਆਪਣੇ ਵਰਗੇ ਜ਼ਿੰਮੇਵਾਰੀਆਂ ਸਾਂਭਣ ਵਿੱਚ ਲੱਗੇ ਹੋਏ ਹਨ, ਸੇ ਬਹੁ ਪ੍ਰਕਾਰੀ ਰੋਤ, ਉਹ ਫਿਰ ਬੜੇ ਤਰੀਕਿਆਂ ਨਾਲ ਰੋਤ ਕਹੀਏ ਰੋਣਗੇ, ਦੁਖੀ ਹੋ ਹੋ ਕੇ, ਜਿਵੇਂ ਜਿਵੇਂ ਅੱਗੇ ਫਿਰ ਮਾਰ ਪਵੇਗੀ ਨਾ, ਜਮਾਂ ਦੀ ਦੁੱਖਾਂ ਦੀ ਮਾਰ ਪਵੇਗੀ। ਕਈਆਂ ਨੂੰ ਤਾਂ ਇੱਥੇ ਹੀ ਬੜਾ ਦੁੱਖ ਹੈ, ਜਿਨ੍ਹਾਂ ਵਾਸਤੇ ਮੁਸ਼ਕਤਾਂ ਕਰਦਾ ਰਿਹਾ, ਜਦੋਂ ਵੱਡੇ ਹੋਏ ਉਹਨਾਂ ਨੇ ਬਾਪੂ ਦੇ ਗੱਲ ਨੂੰ ਹੀ ਹੱਥ ਪਾ ਲਿਆ, ਅਤੇ ਕਈ ਇਹੋ ਜਿਹੇ ਨਿਕੰਮੇ ਬੱਚੇ ਨੇ ਜਿਹੜੇ ਮਾਤਾ ਪਿਤਾ ਨੂੰ ਕੁੱਟਦੇ ਨੇ, ਤਸ਼ੱਦਦ ਕਰਦੇ, ਦੁੱਖ ਦਿੰਦੇ, ਹਰ ਵੇਲੇ ਤਾਨਾ ਮਿਹਣਾ ਦਿੰਦੇ, ਇਸ ਤਰ੍ਹਾਂ ਦੇ ਵੀ ਪਾਪੀ ਬੱਚੇ ਦੁਨੀਆ ਵਿੱਚ ਕਲਯੁੱਗ ਦੇ ਵਿੱਚ ਪੈਦਾ ਹੋਏ। ਮਹਾਰਾਜ ਕਹਿੰਦੇ, ਫਿਰ ਉਹਨਾਂ ਵੱਲ ਵੇਖ ਵੇਖ ਕੇ ਰੋਂਦਾ, ਇਹਨਾਂ ਵਾਸਤੇ ਮੈਂ ਆਹ ਕੀਤਾ, ਇਹਨਾਂ ਵਾਸਤੇ ਮੈਂ ਆਹ ਕੀਤਾ, ਅੱਜ ਮੈਨੂੰ ਮਾਰਦੇ ਨੇ, ਅੱਜ ਮੈਨੂੰ ਰੋਟੀ ਨਹੀਂ ਦਿੰਦੇ। ਪਾਤਸ਼ਾਹ ਕਹਿਣ ਲੱਗੇ, ਭਾਈ ਬਹੁਤ ਪ੍ਰਕਾਰੀ ਰੋਤ, ਹੁਣ ਰੋਂਦਾ ਹੈ ਪਰ ਨਾਮ 'ਤੇ ਜਪਿਆ ਨਹੀਂ, ਮਰ ਕੇ ਫਿਰ ਜਮਾਂ ਦੀ ਮਾਰ ਖਾ ਕੇ ਵੀ ਇਸਨੇ ਰੋਣਾ ਹੀ ਹੈ। ਕਰਜੋਰ ਨਾਨਕ ਦਾਨ ਮੰਗਾ, ਮਹਾਰਾਜ ਹੱਥ ਜੋੜ ਕੇ ਤੁਹਾਡੇ ਕੋਲੋਂ ਨਾਮ ਦਾ ਦਾਨ ਮੰਗਦੇ ਹਾਂ। ਹਰ ਰੱਖੋ ਕੰਠ ਪ੍ਰੋਤ,
ਮਹਾਰਾਜ ਗਲੇ ਦੇ ਨਾਲ ਪਰੋ ਕੇ ਜਿਵੇਂ ਹਾਰ ਰੱਖੀਦਾ ਨਾ, ਇਸ ਤਰ੍ਹਾਂ ਮੈਨੂੰ ਆਪਣੇ ਗਲੇ ਦੇ ਨਾਲ ਪਰੋ ਲਓ। ਕਹਿਣ ਤੋਂ ਭਾਵ ਕਿ ਮੈਨੂੰ ਗਲੇ ਦੇ ਨਾਲ ਲਾ ਲਓ ਮਹਾਰਾਜ, ਜਿਵੇਂ ਆਪ ਜੀ ਨੇ ਭਾਈ ਜੈਤੇ ਨੂੰ ਗਲ ਨਾਲ ਲਾਇਆ, ਭਾਈ ਮੰਝ ਨੂੰ ਗਲ ਨਾਲ ਲਾਇਆ ਹੈ, ਮਹਾਰਾਜ ਮੈਨੂੰ ਵੀ ਇਸ ਤਰ੍ਹਾਂ ਗਲ ਦੇ ਨਾਲ ਲਾ ਕੇ ਰੱਖੋ। ਫਿਰ ਫਰਮਾਉਂਦੇ ਹਨ, ਕਰ ਜੋਰ ਨਾਨਕ ਤਾਨ ਮੰਗੈ ਹਰ ਰੱਖੋ ਕੰਠ ਪਰੋਤ। ਪਾਤਸ਼ਾਹ ਕਹਿਣ ਲੱਗੇ ਇਹ ਜਿਹੜਾ ਨਾਮ ਹੈ ਇਹ ਕੰਠ ਪਰੋਤ, ਗਲੇ ਵਿੱਚ ਪਰੋ ਕੇ ਜਿਵੇਂ ਹਾਰ ਰੱਖੀਦਾ ਨਾ, ਮੇਰੇ ਗਲੇ ਵਿੱਚ ਇਸ ਤਰ੍ਹਾਂ ਤੁਹਾਡਾ ਨਾਮ ਚੱਲਦਾ ਰਹੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਐਸਾ ਹਾਰ ਬਖਸ਼ੋ ਕਰੋ, ਬਖਸ਼ਿਸ਼ ਕਰੋ ਮਹਾਰਾਜ, ਐਸੀ ਕਿਰਪਾ ਕਰੋ। ਕੇਦਾਰਾ ਮਹੱਲਾ ਪੰਜਵਾ ਸੰਤ ਹੈ ਧੂਰਲੇ ਮੁਖ ਮਲੀ। ਗੁਰਮੁਖਾਂ ਨੇ ਸਾਧੂਆਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੁਖ ਮਸਤਕ ਦੇ ਉੱਪਰ ਲਾਉਣਾ ਕੀਤੀ ਹੈ। ਅਚੁੱਤ ਸਦਾ ਪੂਰਨ, ਉਹ ਪਰਮਾਤਮਾ ਅਚੁੱਤ ਹੈ, ਅਗਿੜ ਹੈ, ਕਿਸੇ ਗੇੜੇ ਵਿੱਚ ਨਹੀਂ ਆਉਂਦਾ ਤੇ ਪਰਿਪੂਰਨ ਸਾਰੇ ਥਾਵਾਂ ਤੇ ਸੁਭਾਇਮਾਨ ਹੈ। ਨਹ ਦੋਖ ਵਿਆਪਤ ਕਲੀ। ਕਲਯੁਗ ਦੇ ਜਿਹੜੇ ਦੋਸ਼ ਨੇ ਉਹ ਕਦੇ ਵੀ ਪਰਮਾਤਮਾ ਨੂੰ ਛੂਹਦੇ ਨਹੀਂ, ਸਾਨੂੰ ਤੇ ਛੂਹ ਸਕਦੇ, ਅਸੀਂ ਤੇ ਕਲਯੁਗ ਦੇ ਵਿੱਚ ਬੈਠੇ ਹਾਂ, ਪਰਮਾਤਮਾ ਨੂੰ ਇਹ ਕਲਯੁਗ ਦੇ ਦੋਸ਼ ਛੂਹਦੇ ਨਹੀਂ, ਨੇੜੇ ਨਹੀਂ ਢੁਕਦੇ, ਐਸਾ ਹੈ। ਫਿਰ ਫਰਮਾਉਂਦੇ ਹਨ, ਨਾ ਦੋਖ ਵਿਆਪੇ ਕਲੀ। ਜਿਨ੍ਹਾਂ ਨੇ ਉਸ ਪਰਮੇਸ਼ਰ ਦਾ ਨਾਮ ਜਪਿਆ ਹੈ, ਗੁਰਮੁਖੋ ਕਲੀ ਨਾਮ ਹਾਥੀ ਦਾ ਹੈ, ਹਾਥੀ ਇਤਿਹਾਸਕ ਜੂਨਾਂ ਵਿੱਚ ਬੰਦਾ ਨਹੀਂ ਪੈਂਦਾ, ਫਿਰ 84 ਲੱਖ ਜੂਨਾਂ ਵਿੱਚ ਨਹੀਂ ਆਉਂਦਾ, ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਿਆ ਹੈ। ਫਿਰ ਫਰਮਾਉਂਦੇ ਹਨ, ਨਾ ਦੋਖ ਵਿਆਪੇ ਕਲੀ। ਕਲੀ ਨਾਮ ਗੁਰਮੁਖੋ, ਜਿਹੜਾ ਕਮਲ ਫੁੱਲ ਹੈ ਉਹਦੀ ਕਲੀ ਦਾ ਨਾਮ ਹੈ। ਕਹਿਣ ਲੱਗੇ ਜਿਵੇਂ ਕਮਲ ਫੁੱਲ ਦੀ ਕਲੀ ਜਿਹੜੀ ਹੈ, ਕਮਲ ਫੁੱਲ ਜਿਹੜਾ ਹੈ ਉਹ ਪਾਣੀ ਵਿੱਚ ਡੁੱਬਦਾ ਨਹੀਂ, ਇਸ ਤਰ੍ਹਾਂ ਉਹ ਵਿਅਕਤੀ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਪਦਾਰਥਾਂ ਵਿੱਚ ਡੁੱਬਦਾ ਨਹੀਂ ਹੈ। ਗੁਰਬਚਨ ਕਾਰਜ ਸਰਵ ਪੂਰਨ, ਗੁਰੂ ਪਾਤਸ਼ਾਹ ਦੇ ਬਚਨਾਂ ਕਰਕੇ ਸਾਰੇ ਕਾਰਜ ਪੂਰਨ ਹੋ ਜਾਂਦੇ ਹਨ। ਈਤ ਊਤ ਨਾ ਹਲੀ, ਉਹ ਫਿਰ ਵਿਅਕਤੀ ਈਤ ਕਹੀਏ ਇੱਧਰ ਤੇ ਊਤ ਕਹੀਏ ਉੱਧਰ, ਲੋਕ ਪਰਲੋਕ ਦੇ ਵਿੱਚ ਵੀ ਉਸਦੇ ਪਦਾਰਥਾਂ ਕਰਕੇ ਡੋਲਦਾ ਨਹੀਂ, ਦੁਨੀਆਂ ਦੇ ਪਦਾਰਥ ਮਿਲ ਜਾਣ ਤਾਂ ਵੀ ਨਹੀਂ ਡੋਲਿਆ, ਪਰਲੋਕ ਦੇ ਪਦਾਰਥ ਮਿਲ ਜਾਣ ਤਾਂ ਵੀ ਨਹੀਂ ਡੋਲਦਾ, ਐਸੀ ਉਸਦੀ ਅਵਸਥਾ ਬਣ ਜਾਂਦੀ ਹੈ। ਫਿਰ ਫਰਮਾਉਂਦੇ ਹਨ, ਈਤ ਊਤ ਨਾ ਹਲੀ। ਕਹਿਣ ਲੱਗੇ ਉਸਦੀ ਬਿਰਤੀ ਜਿਹੜੀ ਹੈ ਨਾ, ਈਤ ਇਸ ਲੋਕ ਵਿੱਚ ਵੀ ਨਹੀਂ ਹਿਲਦੀ ਅਤੇ ਪਰਲੋਕ ਵਿੱਚ ਵੀ ਉਸਦੀ ਬਿਰਤੀ ਡੁਲਾਏ ਮਾਨ ਨਹੀਂ ਹੁੰਦੀ, ਐਸੇ ਗੁਰਮੁਖ ਬਣ ਜਾਂਦੇ ਹਨ। ਪ੍ਰਭ ਏਕ ਅਨੇਕ ਸਰਬਤ ਪੂਰਨ, ਉਹ ਪਰਮਾਤਮਾ ਹੈ ਇੱਕੋ ਹੀ ਹੈ, ਪਰ ਅਨੇਕ ਥਾਵਾਂ 'ਤੇ ਸਾਰੀਆਂ ਥਾਵਾਂ ਦੇ ਉੱਪਰ ਪਰਿਪੂਰਨ ਹੋ ਰਿਹਾ ਹੈ। ਜਲੀ ਪਾਤਸ਼ਾਹ ਕਹਿਣ ਲੱਗੇ ਫਿਰ ਉਹਨਾਂ ਦੀ ਜਿਹੜੀ ਬੁੱਧੀ ਹੈ ਨਾ ਗੁਰਮੁਖ, ਉਹ ਤ੍ਰਿਸ਼ਨਾ ਰੂਪੀ ਅੱਗ ਵਿੱਚ ਨਹੀਂ ਸੜਦੀ ਹੈ, ਜਿਵੇਂ ਲੱਕੜ ਵਿੱਚ ਅੱਗ ਸੜ ਜਾਂਦੀ ਹੈ ਨਾ, ਜਿਵੇਂ ਅੱਗ ਵਿੱਚ ਲੱਕੜ ਸੜ ਜਾਂਦੀ ਹੈ, ਇਸ ਤਰ੍ਹਾਂ ਉਹ ਜਿਹੜੇ ਗੁਰਮੁਖ ਨੇ ਉਹਨਾਂ ਦੀ ਜਿਹੜੀ ਬੁੱਧੀ ਹੈ ਉਹ ਪਦਾਰਥਾਂ ਵਿੱਚ ਨਹੀਂ ਸੜਦੀ ਹੈ, ਮਹਾਰਾਜ ਉਸ ਨੂੰ ਬਚਾ ਲੈਂਦੇ ਹਨ। ਦਾਸ ਆਪਣੋ, ਜਿਨ੍ਹਾਂ ਨੂੰ ਆਪਣੇ ਦਾਸ ਬਣਾਇਆ, ਸੇਵਕ ਬਣਾਇਆ, ਉਹਨਾਂ ਦੀ ਬਾਂਹ ਮਹਾਰਾਜ ਫੜ ਲੈਂਦੇ ਹਨ। ਜੋਤੀ ਜੋਤ ਰਲੀ, ਉਹਨਾਂ ਦੀ ਜੋਤ ਜਿਹੜੀ ਹੈ ਨਾ ਆਤਮਾ, ਨਾਮ ਜਪ ਜਪ ਕੇ ਫਿਰ ਪਰਮਾਤਮਾ ਵਿੱਚ ਰਲ ਜਾਂਦੀ, ਲੀਨ ਹੋ ਜਾਂਦੇ, ਉਸੇ ਵਿੱਚ ਹੀ ਸਮਾ ਜਾਂਦੇ ਹਨ। ਪ੍ਰਭ ਚਰਨ ਸਰਨ ਅਨਾਥ ਆਇਓ, ਮਹਾਰਾਜ ਮੈਂ ਅਨਾਥ ਹਾਂ, ਜਤੀਮ ਹਾਂ, ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ। ਨਾਨਕ ਹਰ ਸੰਗ ਚਲੀ, ਸਤਿਗੁਰੂ ਕਿਰਪਾ ਕਰੋ ਮੇਰੇ ਉੱਪਰ, ਐਸੀ ਕਿਰਪਾ ਕਰੋ ਮੇਰੇ 'ਤੇ, ਸਹਾਇਤਾ ਕਰੋ, ਤੁਹਾਡੀ ਪ੍ਰੀਤ ਮੇਰੇ ਨਾਲ ਚੱਲੇ, ਤੁਹਾਡਾ ਪਿਆਰ ਮੇਰੇ ਨਾਲ ਚੱਲੇ, ਐਸੀ ਕਿਰਪਾ ਕਰੋ। ਮਹਾਰਾਜ ਇਹ ਜੀਵ ਰੂਪੀ ਇਸਤਰੀ ਆਖਦੀ ਹੈ, ਮੈਂ ਆਪ ਜੀ ਦੇ ਵਿੱਚ ਅਭੇਦ ਹੋ ਚੱਲੀ ਹਾਂ,
ਐਸੀ ਆਪ ਕਿਰਪਾ ਕਰਨੀ ਕਰੋ। ਕਦਾਰਾ ਮਹੱਲਾ ਪੰਜਵੇਂ ਗੁਰਦੋਈ ਪਾਤਸ਼ਾਹ ਜੀ ਕਦਾਰਾ ਰਾਗ ਦਾ ਸ਼ਬਦ ਬਖਸ਼ਦੇ ਹਨ। ਨਾਮ ਕੀ ਮਨ ਰੁਚੈ, ਜਿਨ੍ਹਾਂ ਦੇ ਮਨ ਦੇ ਵਿੱਚ ਹਰੀਹਰ ਪਰਮੇਸ਼ਰ ਦੇ ਨਾਮ ਦੀ ਰੁਚ ਪੈਦਾ ਹੋਈ ਹੈ, ਰੁਚ ਕਹੀਏ ਉਤਸ਼ਾਹ ਪੈਦਾ ਹੋਇਆ, ਰੁਚ ਕਹੀਏ ਪ੍ਰੀਤੀ, ਜਿਨ੍ਹਾਂ ਦੇ ਮਨ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਪ੍ਰੀਤੀ ਪ੍ਰੇਮ ਪੈਦਾ ਹੋਇਆ ਹੈ। ਕੋਟ ਸ਼ਾਂਤ ਆਨੰਦ ਪੂਰਨ, ਸਤਿਗੁਰੂ ਪਾਤਸ਼ਾਹ ਕਹਿਣ ਲੈ ਕਰੋੜਾਂ ਤਰ੍ਹਾਂ ਦੀ ਸ਼ਾਂਤੀ ਅਤੇ ਆਨੰਦ ਜਿਹੜੇ ਨੇ ਉਸ ਪਰਮਾਤਮਾ ਦੇ ਬਖਸ਼ਿਸ਼ ਕੀਤੇ ਹੋਏ ਪੂਰਨ ਤੌਰ 'ਤੇ ਪ੍ਰਾਪਤ ਹੁੰਦੇ ਹਨ। ਜਲਤ ਛਾਤੀ ਬੁਝੈ, ਅਤੇ ਇਹ ਜਿਹੜੀ ਈਰਖਾ ਦੀ ਅੱਗ ਦੇ ਵਿੱਚ ਇਹ ਜਿਹੜੀ ਛਾਤੀ ਕਹੀਏ ਬੁੱਝੀ, ਛਾਤੀ ਕਹੀਏ ਬੁੱਧੀ ਜਿਹੜੀ ਸੜਦੀ ਪਈ ਹੈ, ਈਰਖਾ ਦੀ ਅੱਗ ਵਿੱਚ ਸੜਦੇ ਪਏ ਹਾਂ, ਇਹ ਗੁਰੂ ਕਿਰਪਾ ਕਰ ਦਿੰਦਾ, ਇਹ ਈਰਖਾ ਦੀ ਅੱਗ ਸਦਾ ਵਾਸਤੇ ਬੁੱਝ ਜਾਂਦੀ। ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਿਆਈ ਵਿਸਰ ਗਈ, ਸਭ ਤਾਤ ਪਰਾਈ। ਇਹ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਸਾੜੇ ਦੀ ਅੱਗ ਨਹੀਂ ਰਹਿ ਜਾਂਦੀ, ਦੂਜੇ ਵੱਲ ਵੇਖ ਕੇ ਦੁਖੀ ਹੋ ਜਾਣਾ, ਐਸੀ ਕਿਰਪਾ ਕਰਦੇ ਹਨ। ਸੰਤ ਮਾਰਗ ਚਲਤ ਪ੍ਰਾਣੀ, ਜਿਹੜੇ ਪ੍ਰਾਣੀ, ਜਿਹੜੇ ਬੰਦੇ, ਜਿਹੜੇ ਲੋਕ ਸਾਧੂਆਂ ਦੇ ਦੱਸੇ ਹੋਏ ਮਾਰਗ ਦੇ ਉੱਪਰ, ਸੰਤ ਕਾ ਮਾਰਗ ਧਰਮ ਕੀ ਪੌੜੀ, ਜਿਹੜੇ ਇਸ ਦੇ ਉੱਪਰ ਚੱਲਦੇ ਹਨ। ਪਤਤ ਉਧਰੈ ਮੁਚੈ, ਉਹ ਮੁਚਿਆ ਕਹੀਏ ਬਹੁਤੇ ਨਾ, ਪਤਤ ਪਾਪੀ ਵੀ ਉਧਰ ਜਾਂਦੇ, ਉਧਾਰ ਹੋ ਜਾਂਦਾ, ਪਾਪੀਆਂ ਦਾ ਵੀ ਭਲਾ ਹੋ ਜਾਂਦਾ, ਕਰੋੜਾਂ ਪਾਪੀ ਜਿਹੜੇ ਤਰ ਜਾਂਦੇ, ਐਸੀ ਕਿਰਪਾ ਹੁੰਦੀ ਹੈ। ਰੇਨ ਜਾਨਕੀ ਲੱਗੀ ਮਸਤਕ, ਜਿਨ੍ਹਾਂ ਦੇ ਗੁਰਮੁਖਾਂ ਦੇ ਸੰਤਾਂ ਸਾਧੂਆਂ ਦੇ ਚਰਨਾਂ ਦੀ ਧੂੜੀ ਜਿਨ੍ਹਾਂ ਦੇ ਮਸਤਕ ਮੱਥੇ ਨੂੰ ਲੱਗੀ ਹੈ। ਨਾਨਕ ਦਾਸ ਹੈ ਸੁੱਖ ਮੰਗੈ ਮੋਕੋ ਕਰ, ਸਾਧੂਆਂ ਦੇ ਗੁਰੂ ਦੀ ਸੰਗਤ ਦੇ ਚਰਨਾਂ ਦੀ ਧੂੜ ਜਿਨ੍ਹਾਂ ਦੇ ਮਸਤਕ ਨੂੰ ਜਾਂ ਮੁੱਖ ਨੂੰ ਲੱਗੀ ਹੈ। ਅਨੇਕ ਤੀਰਥ ਸੁਚੈ, ਤੇ ਗੁਰਮੁਖੋ ਉਹ ਵਿਅਕਤੀ ਇੰਨਾ ਸਮਰੱਥ ਹੋ ਜਾਂਦਾ ਹੈ ਅਨੇਕਾਂ ਤੀਰਥਾਂ ਵਾਂਗੂ, ਉਹ ਸੁੱਚਾ ਹੋ ਜਾਂਦਾ, ਜਿਵੇਂ ਗੰਗਾ ਨੂੰ ਪਵਿੱਤਰ ਮੰਨਿਆ ਹੈ, ਇਸ ਤਰ੍ਹਾਂ ਉਹ ਗੁਰਮੁਖ ਗੰਗਾ ਦੇ ਪਾਣੀ ਵਾਂਗ ਪਵਿੱਤਰ ਹੋ ਜਾਂਦੇ, ਸੁੱਚੇ ਹੋ ਜਾਂਦੇ, ਜਿਨ੍ਹਾਂ ਦੇ ਮਸਤਕ ਨੂੰ ਇਹ ਚਰਨ ਧੂੜੀ ਪ੍ਰਾਪਤ ਹੁੰਦੀ ਹੈ। ਫਿਰ ਫਰਮਾਉਂਦੇ ਹਨ, ਰੇਨ ਜਾਨਕੀ ਲੱਗੀ ਮਸਤਕ ਅਨੇਕ ਤੀਰਥ ਸੁਚੈ, ਜਿਨ੍ਹਾਂ ਦੇ ਚਰਨਾਂ ਮਹਾਤਮਾ ਗੁਰਮੁਖਾਂ ਦੇ ਚਰਨਾਂ ਦੀ ਧੂੜੀ ਜਿਨ੍ਹਾਂ ਦੇ ਮੱਥੇ ਨੂੰ ਲੱਗੀ ਹੈ ਉਹ ਇੰਨਾ ਪਵਿੱਤਰ ਹੋ ਜਾਂਦਾ ਹੈ, ਐਸਾ ਗੁਰਮੁਖ ਵੀ ਜਾ ਕੇ ਜੇ ਸਰੋਵਰਾਂ 'ਤੇ ਜਾ ਕਹਿ ਲਈਏ ਕਿ ਇਹ ਜਿਹੜੇ ਪਾਣੀ ਦੇ ਤੀਰਥ ਨੇ ਉਹਨਾਂ 'ਤੇ ਜਾ ਕੇ ਆਪਣੇ ਚਰਨ ਪਾ ਦੇਵੇ ਅਤੇ ਉਹ ਤੀਰਥ ਵੀ ਪਵਿੱਤਰ ਹੋ ਜਾਂਦੇ। ਬੋਲੇ ਸੋ ਨਿਹਾਲ, ਨਾਮ ਜਪਣ ਵਾਲੇ ਦੀ ਐਸੀ ਮਹਿਮਾ ਹੈ ਵੀ ਨਾਮ ਜਪਣ ਵਾਲੇ ਦੀ ਚਰਨਾਂ ਦੀ ਧੂੜੀ ਲੈ ਕੇ ਕਿਸੇ ਨੇ ਆਪਣੇ ਮਸਤਕ ਨੂੰ ਲਾਈ ਹੈ, ਜੇ ਉਹ ਵਿਅਕਤੀ ਤੀਰਥਾਂ 'ਤੇ ਜਾ ਕੇ ਇਸ਼ਨਾਨ ਵੀ ਕਰ ਲਵੇ ਤਾਂ ਕਹਿੰਦੇ ਤੀਰਥਾਂ ਦੀ ਮੈਲ ਉਹਦੇ ਚਰਨ ਪਾਉਣ ਕਰਕੇ ਦੂਰ ਹੋ ਜਾਂਦੀ ਹੈ, ਐਸੀ ਕਿਰਪਾ ਨੂੰ ਪ੍ਰਾਪਤ ਹੁੰਦੇ ਹਨ। ਚਰਨ ਕਮਲ ਧਿਆਨ ਭੀਤਰ, ਉਹ ਫਿਰ ਗੁਰਮੁਖ ਜਿਹੜੇ ਨੇ ਆਪਣੇ ਮਨ ਦੇ ਵਿੱਚ ਪਰਮਾਤਮਾ ਦੇ ਕਮਲਾਂ ਵਰਗੇ ਸੁੰਦਰ ਚਰਨਾਂ ਦਾ ਧਿਆਨ ਧਾਰਦੇ ਹਨ। ਘਟ ਘਟੈ ਸੁਆਮੀ ਸੁਜੈ, ਉਹਨਾਂ ਨੂੰ ਹਰੇਕ ਹਿਰਦੇ ਵਿੱਚ ਉਹ ਪਰਮਾਤਮਾ ਜਿਹੜਾ ਹੈ ਸੁਜੇ ਕਹੀਏ ਦਿਸ ਪੈਂਦਾ, ਸਾਰਿਆਂ ਥਾਵਾਂ 'ਤੇ ਉਸਦੀ ਪ੍ਰਾਪਤੀ ਹੁੰਦੀ ਹੈ। ਸਰਨ ਦੇਵ ਅਪਾਰ ਨਾਨਕ ਬਹੁਰ ਜਮ ਨਹੀਂ ਲੁਜੈ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਪਾਰ ਹੈ ਪਰਮਾਤਮਾ, ਜਿਹੜੇ ਉਹਦੀ ਸ਼ਰਨ ਵਿੱਚ ਆ ਕੇ ਪੈਂਦੇ ਗੁਰਮੁਖ ਉਹਨਾਂ ਦੇ ਨਾਲ ਫਿਰ ਜਮ ਨਹੀਂ ਲੁਜੈ, ਜਮ ਜਮਦੂਤ ਲੁਜੈ ਕਹੀਏ ਫਿਰ ਲੜਦਾ ਨਹੀਂ, ਜਮਾਂ ਦੀ ਮਾਰ ਤੋਂ ਗੁਰਮੁਖ ਵੱਧ ਜਾਂਦੇ ਹਨ। ਕਿਦਾਰਾ ਛੰਤ ਮਹੱਲਾ ਪੰਜਵਾਂ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਦਾਰਾ ਰਾਗ ਦਾ ਇਹ ਸ਼ੰਤ ਮਹਾਰਾਜ ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰਦੇ ਪਰਮਾਤਮਾ ਇੱਕ ਹੈ ਗੁਰੂ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਮਿਲ ਮੇਰੇ ਪ੍ਰੀਤਮ ਪਿਆਰਿਆ, ਬੇਨਤੀ ਕਰ ਇਹ ਪਿਆਰੇ ਪ੍ਰੀਤਮ ਮੈਨੂੰ ਮਿਲਣਾ ਕਰ। ਮੈਂ ਆਪ ਜੀ ਦੀ ਸ਼ਰਨ ਵਿੱਚ ਆ ਕੇ ਇਹ ਬੇਨਤੀ ਕਰਦਾ ਹਾਂ, ਇਹ ਮੇਰੇ ਪ੍ਰਾਣਾ ਤੋਂ ਪਿਆਰੇ ਪ੍ਰੀਤਮ ਆਪ ਜੀ ਮੈਨੂੰ ਮਿਲਣਾ ਕਰੋ। ਸਰਬਤਰ ਮੈਂ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਉਹ ਪਰਮਾਤਮਾ ਸਾਰਿਆਂ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਸੋ ਪੁਰਖ ਵਿਦਾਤਾ, ਵਿਦਾਤਾ ਕਹੀਏ ਜੋ ਫਲ ਵਰਦਾਤਾ ਹੈ ਨਾ, ਪਰਮੇਸ਼ਰ ਸਾਰਿਆਂ ਨੂੰ ਫਲ ਦਿੰਦਾ ਦੁੱਖ ਦਾ ਸੁੱਖ ਦਾ ਪਦਾਰਥਾਂ ਦਾ, ਉਹ ਜਿਹੜਾ ਦਾਤਾ ਹੈ ਉਹ ਸਾਰਿਆਂ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਮਾਰਗ ਪ੍ਰਾਪਕਾ ਹਰ ਕੀਆ ਸੰਤਨ ਸੰਗ ਜਾਤਾ, ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਉਹਨਾਂ ਨੂੰ ਪ੍ਰਾਪਤ ਹੋਇਆ ਜਿਨ੍ਹਾਂ ਨੇ ਸੰਤਾਂ ਦੀ ਸੰਗਤ ਕੀਤੀ ਹੈ, ਸਾਧੂਆਂ ਦੇ ਨਾਮ ਜਪਣ ਵਾਲਿਆਂ ਦੀ, ਨਾਮ ਜਪਣ ਵਾਲਿਆਂ ਦੀ ਸੰਗਤ ਕਰਕੇ ਇਹ ਫਿਰ ਗੁਰੂ ਦੁਆਰਾ ਮਾਰਗ ਪ੍ਰਭ ਕਾ ਪਰਮਾਤਮਾ ਦਾ ਰਸਤਾ ਜਿਹੜਾ ਹੈ ਉਹ ਗੁਰਮੁਖਾਂ ਨੇ ਜਾਣ ਲਿਆ ਪ੍ਰਾਪਤ ਕਰ ਲਿਆ ਹੈ। ਸੰਤਨ ਸੰਗ ਜਾਤਾ ਪੁਰਖ ਵਿਧਾਤਾ, ਉਹ ਜੋ ਪਰਮਾਤਮਾ ਫਲਬਰ ਦਾਤਾ ਹੈ ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਉਸ ਪਰਮਾਤਮਾ ਨੂੰ ਜਾਤਾ ਕਹੀਏ ਜਾਣਿਆ ਹੈ। ਘਟ ਨਦਰ ਨਿਹਾਲਿਆ, ਅਤੇ ਹੁਣ ਘਟਾਂ ਘਟਾਂ ਵਿੱਚ ਉਸ ਪਰਮਾਤਮਾ ਨੂੰ ਵੇਖਿਆ ਹੈ, ਹਰੇਕ ਥਾਂ ਦੇ ਉੱਪਰ ਜਰੇ ਜਰੇ ਵਿੱਚ ਉਸ ਪਰਮਾਤਮਾ ਨੂੰ ਵੇਖ ਲਿਆ ਹੈ। ਜੋ ਸਰਨੀ ਆਵੇ ਸਰਬ ਸੁਖ ਪਾਵੇ, ਜਿਹੜਾ ਸ਼ਰਨ ਆਉਂਦਾ ਨਾ ਗੁਰੂ ਦੀ ਉਹ ਸਾਰੇ ਸੁਖ ਪਾ ਲੈਂਦਾ ਹੈ। ਗੁਰੂ ਦੀ ਸੰਗਤ ਵਿੱਚ ਆ ਕੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਚੱਲ ਕੇ ਆਏ ਨਾ ਸਰਬ ਸੁਖ ਪਾਵੇ, ਸਾਰੇ ਸੁਖ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਐ, ਰਾਜ ਭਾਗ ਵਿੱਚੋਂ ਵੀ ਉਹ ਸੁਖ ਨਹੀਂ ਮਿਲਦਾ ਜਿਹੜਾ ਸੁਖ ਸੇਵਾ ਵਿੱਚੋਂ ਅਤੇ ਸਿਮਰਨ ਵਿੱਚੋਂ ਮਿਲਦਾ ਹੈ, ਐਸਾ ਸੁਖ ਪਾ ਲੈਂਦੇ ਹਨ। ਅਤੇ ਪਰਮਾਤਮਾ ਇੱਕ ਤਿਲ ਜਿੰਨੀ ਵੀ ਕਮਾਈ ਕਿਸੇ ਦੀ ਗਵਾਉਂਦਾ ਨਹੀਂ। ਆਪਾਂ ਦੁਨੀਆਂ ਵਿੱਚ ਕਿਸੇ ਤੋਂ ਕੰਮ ਕਾਰ ਲੈ ਲਈਏ ਨਾ, ਭਾਵੇਂ ਉਹਦੇ ਨਾਲ ਦਿਹਾੜੀ ਮੁਕਾਈ ਹੋਵੇ, ਤਾਂ ਵੀ ਆਖੀਦਾ ਚੱਲ ਉੱਪਰ ਲਿਆ 5 ਰੁਪਈਏ ਛੱਡ ਇਹਨਾਂ ਦਾ ਕੀ ਲੇਖਾ ਜੋਖਾ, ਥੱਲੇ ਵਾਲੇ 10 ਛੱਡ ਦੇ ਇਹਨਾਂ ਦਾ ਕੀ ਹਿਸਾਬ ਕਿਤਾਬ ਹੈ। ਦੁਨਿਆਵੀ ਤੌਰ 'ਤੇ ਅਸੀਂ ਵਿਚਰਦਿਆਂ ਹੋਇਆਂ ਥੋੜ੍ਹੇ ਬਹੁਤੇ ਪੈਸੇ ਇੱਧਰ ਉੱਧਰ ਹਿਸਾਬ ਕਿਤਾਬ ਤੋਂ ਪਰੇ ਹੀ ਕੱਢ ਦੇਈਦੇ। ਮਹਾਰਾਜ ਕਹਿੰਦੇ ਨਹੀਂ, ਪਰਮਾਤਮਾ ਇੱਕ ਤਿਲ ਜਿੰਨਾ ਵੀ ਤੇਰਾ ਕੀਤਾ ਨਹੀਂ ਗੁਆਵੇਗਾ, ਇੱਕ ਤਿਲ ਜਿੰਨਾ, ਜੇ ਤੂੰ ਇੱਕ ਕੱਖ ਵੀ ਕਿਤੇ ਚੁੱਕ ਕੇ ਪਰੇ ਕਰ ਦਿੱਤਾ ਨਾ, ਉਹ ਵੀ ਤੇਰੀ ਸੇਵਾ ਉਹਨੇ ਪ੍ਰਵਾਨ ਕਰ ਲੈਣੀ ਹੈ। ਇੱਕ ਤਿਲ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਇੱਕ ਤਿਲ ਜਿੰਨਾ ਵੀ ਕਿਸੇ ਦੀ ਕਮਾਈ ਸੇਵਾ ਪਰਮਾਤਮਾ ਵਿਅਰਥ ਨਹੀਂ ਜਾਣ ਦਿੰਦਾ ਹੈ। ਹਰ ਗੁਣ ਨਿਤ ਗਾਏ ਸਹਿ ਸੁਭਾਏ, ਪਰਮਾਤਮਾ ਹਰੀ ਜਿਹੜਾ ਹੈ ਉਹ ਨਿਧੀਆਂ ਦਾ ਖਜ਼ਾਨਾ ਹੈ, ਜਿਸ ਨੇ ਉਹਦੇ ਗੁਣਾਂ ਨੂੰ ਗਾਉਣਾ ਕੀਤਾ ਹੈ। ਪ੍ਰੇਮ ਮਹਾਰਸ ਮਾਤਾ, ਉਹ ਜਿਹੜੇ ਗੁਰਮੁਖ ਨੇ ਪ੍ਰੇਮ ਦੇ ਵਿੱਚ ਮਸਤ ਹੋ ਕੇ ਉਹਦੇ ਨਾਮ ਨੂੰ ਜਪਦੇ ਪਏ ਸਹਿਜ ਸੁਭਾਏ, ਉਹ ਸੁਭਾਵਿਕ ਹੀ ਕਹਿੰਦੇ ਸ਼ੋਭਨੀਕ ਹੋਏ ਗੁਰਮੁਖ, ਐਸੀ ਵਡਿਆਈ ਨੂੰ ਪਾਉਂਦੇ ਹਨ। ਨਾਨਕ ਦਾਸ ਤੇਰੀ ਸ਼ਰਨ ਆਏ, ਮਹਾਰਾਜ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ, ਤੁਹਾਡੇ ਦਾਸ ਸੇਵਕ ਹਾਂ। ਪੂਰਨ ਪੁਰਖ ਵਿਦਾਤਾ, ਆਪ ਪੂਰਨ ਪੁਰਖ ਹੋ ਤੇ ਸਾਰਿਆਂ ਥਾਵਾਂ ਤੇ ਆਪ ਸੁਭਾਇਮਾਨ ਹੋ ਚੁੱਕੇ ਹੋ। ਹਰ ਪ੍ਰੇਮ ਭਗਤ ਜਨ ਵੇਦਿਆ, ਜਿਨ੍ਹਾਂ ਦਾ ਮਨ ਪ੍ਰੇਮਾ ਭਗਤੀ ਵਿੱਚ ਵਿੰਨਿਆ ਗਿਆ ਹੈ, ਜਿਵੇਂ ਤੀਰ ਵਿੰਨਿਆ ਜਾਂਦਾ ਹੈ ਨਾ ਜ਼ਖਮ ਦੇ ਸਰੀਰ ਦੇ ਪਾਰ ਹੋ ਜਾਂਦਾ,
ਇਸੇ ਤਰ੍ਹਾਂ ਜਿਨ੍ਹਾਂ ਦੇ ਪ੍ਰੇਮ ਰੂਪੀ ਤੀਰ ਵੱਜਾ ਹੈ, ਜਿਹੜੇ ਪ੍ਰੇਮ ਦੇ ਤੀਰ ਦੇ ਨਾਲ ਵਿੰਨੇ ਗਏ ਹਨ, ਆਨ ਕਤ ਜਾਹੀ, ਉਹ ਫਿਰ ਗੁਰੂ ਨੂੰ ਛੱਡ ਕੇ ਹੋਰ ਥਾਂ ਥੋੜ੍ਹੀ ਜਾਂਦੇ। ਜਿਵੇਂ ਸਾਡੇ ਵਰਗੇ ਸੰਸਾਰ ਵਿੱਚ ਇੱਧਰ ਉੱਧਰ ਭੱਜੇ ਫਿਰਦੇ, ਇੱਥੋਂ ਕੁਝ ਮਿਲੇ ਅਤੇ ਉੱਥੋਂ ਕੁਝ ਮਿਲੇ। ਜਿਨ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਜਿਨ੍ਹਾਂ ਨੂੰ ਪ੍ਰੇਮ ਦੇ ਤੀਰ ਲੱਗੇ ਨੇ ਉਹ ਫਿਰ ਗੁਰੂ ਨੂੰ ਛੱਡ ਕੇ ਕਿਤੇ ਹੋਰ ਪਾਸੇ ਨਹੀਂ ਜਾਂਦੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਸੈਦ ਖਾਨ ਆਇਆ, ਚਰਨਾਂ ਨੂੰ ਵੇਖ ਕੇ ਉਤਰ ਪਿਆ ਥੱਲੇ ਘੋੜੇ ਤੋਂ ਮੱਥਾ ਟੇਕਣ ਵਾਸਤੇ। ਮਹਾਰਾਜ ਕਹਿੰਦੇ ਸੈਦ ਖਾਨ ਸ਼ਸਤਰ ਫੜ ਅਤੇ ਸਿੱਧਾ ਹੋ ਜੰਗ ਮੈਦਾਨ ਵਿੱਚ ਜੰਗ। ਮਹਾਰਾਜ ਹੁਣ ਨਹੀਂ ਹਿੰਮਤ ਰਹਿ ਗਈ ਜੰਗ ਕਰਨ ਦੀ, ਹੁਣ ਤਾਂ ਚਰਨਾਂ 'ਤੇ ਮੱਥਾ ਟੇਕ ਲੈਣ ਦਿਓ। ਪਾਤਸ਼ਾਹ ਕਹਿੰਦੇ ਵੇਖ ਤੇਰੇ ਮਗਰ ਕਿੱਡੀ ਵੱਡੀ ਫੌਜ ਖਲੋਤੀ ਹੈ, ਕੀ ਕਹਿਣਗੇ ਵੀ ਸਾਡਾ ਜਰਨੈਲ ਗੁਰੂ ਨਾਲ ਜੰਗ ਕਰਨ ਆਇਆ ਅਤੇ ਚਰਨਾਂ 'ਤੇ ਮੱਥਾ ਟੇਕਦਾ ਪਿਆ। ਮਹਾਰਾਜ ਫੌਜ ਜੋ ਮਰਜ਼ੀ ਕਹੀ ਜਾਵੇ ਪਰ ਤੁਹਾਡੇ ਨਾਲ ਜੰਗ ਨਹੀਂ, ਮੇਰੇ 'ਤੇ ਕਿਰਪਾ ਕਰੋ, ਹੁਣ ਮੈਂ ਵਕਾਰਾਂ ਨਾਲ ਜੰਗ ਕਰ ਸਕਾਂ, ਇਹ ਥਾਪੜਾ ਦੇ ਦਿਓ। ਪਾਤਸ਼ਾਹ ਕਹਿੰਦੇ ਤੂੰ ਔਰੰਗਜ਼ੇਬ ਦੀ ਫੌਜ ਦਾ ਵੱਡਾ ਵਜ਼ੀਰ ਹੈ, ਇੰਨੇ ਤੈਨੂੰ ਤਨਖਾਹਾਂ ਮਿਲਦੀਆਂ, ਇੰਨੀਆਂ ਤੈਨੂੰ ਬਖਸ਼ਿਸ਼ਾਂ ਮਿਲਦੀਆਂ, ਦਰਬਾਰ ਦੇ ਵਿੱਚੋਂ ਸਾਰੀਆਂ ਤੇਰੀਆਂ ਚਲੇ ਜਾਣੀਆਂ। ਕਹਿਣ ਲੱਗਾ ਮਹਾਰਾਜ ਭਾਵੇਂ ਦੁਨੀਆਂ ਦਾ ਕੋਈ ਵੀ ਪਦਾਰਥ ਨਾ ਮਿਲੇ, ਮੈਨੂੰ ਉਹ ਨਹੀਂ ਚਾਹੀਦਾ, ਤੁਹਾਡੇ ਚਰਨਾਂ ਦਾ ਪ੍ਰੇਮ ਹੀ ਚਾਹੀਦਾ। ਆਪਣੀ ਫੌਜ ਨੂੰ ਛੱਡ ਕੇ, ਆਪਣਾ ਰੁਤਬਾ ਛੱਡ ਕੇ, ਬਾਦਸ਼ਾਹ ਵੱਲੋਂ ਮਿਲਣ ਵਾਲੇ ਗਿਫਟ ਸਾਰੇ ਛੱਡ ਕੇ ਆਪ ਜੰਗਲ ਵਿੱਚ ਜਾ ਕੇ ਬੰਦਗੀ ਕਰਨ ਲੱਗ ਪਿਆ। ਐਸੀ ਕਿਰਪਾ ਹੋਈ, ਬਾਦਸ਼ਾਹ ਕਹਿਣ ਲੱਗੇ ਜਿਹੜੇ ਨਾਮ ਜਪਦੇ ਨਾ ਗੁਰਮੁਖ, ਮਹਾਰਾਜ ਉਹ ਤੁਹਾਨੂੰ ਛੱਡ ਕੇ ਫਿਰ ਹੋਰ ਪਾਸੇ ਕਿੱਥੇ ਜਾਣਾ ਹੈ। ਮੀਨ ਵਿਛੋਹਾ ਨਾ ਸਹਿ, ਜਿਵੇਂ ਮੱਛੀ ਪਾਣੀ ਦਾ ਵਿਛੋੜਾ ਸਹਿ ਨਹੀਂ ਸਕਦੀ ਹੈ, ਜਲ ਬਿਨ ਮਰ ਪਾਹੀ। ਜੇ ਆਪਾਂ ਮੱਛੀ ਨੂੰ ਗੁਰਮੁਖੋ ਸੋਨੇ ਦੀ ਥਾਲੀ ਵਿੱਚ ਵੀ ਲਿਆ ਕੇ ਰੱਖ ਦਿਆਂਗੇ ਨਾ, ਮੱਛੀ ਨੇ ਮਰ ਜਾਣਾ ਹੈ, ਕਿਉਂਕਿ ਪਾਣੀ ਦਾ ਵਿਛੋੜਾ ਨਹੀਂ ਸਹਿੰਦੀ ਹੈ। ਮੱਛੀ ਨੂੰ ਰੇਸ਼ਮ ਦੇ ਕੱਪੜੇ ਵਿੱਚ ਵੀ ਲਿਆ ਕੇ ਲਪੇਟ ਕੇ ਰੱਖ ਦਿਓ, ਰੇਸ਼ਮ ਦਾ ਕੱਪੜਾ ਭਾਵੇਂ ਮਹਿੰਗਾ ਜ਼ਰੂਰ ਹੈ ਪਰ ਮੱਛੀ ਨੇ ਜਿਉਂਦਾ ਉਹਦੇ ਵਿੱਚ ਵੀ ਨਹੀਂ ਰਹਿਣਾ ਹੈ, ਮਰ ਜਾਣਾ, ਜਿਵੇਂ ਮੱਛੀ ਪਾਣੀ ਬਿਨਾ ਮਰ ਜਾਂਦੀ ਹੈ। ਅਰਬਿਨ ਕਿਉਂ ਰਹੀਏ ਦੁੱਖ ਕਿਨ ਸਹੀਏ, ਮਹਾਰਾਜ ਇਸੇ ਤਰ੍ਹਾਂ ਮੈਂ ਤੁਹਾਡੇ ਬਿਨਾਂ ਕਿਵੇਂ ਰਹਿ ਸਕਦਾ, ਜਿਵੇਂ ਮੱਛੀ ਪਾਣੀ ਬਿਨਾਂ ਨਹੀਂ ਰਹਿੰਦੀ, ਮਹਾਰਾਜ ਮੈਂ ਵੀ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ, ਦੁੱਖ ਕਿਨ ਸਹੀਏ, ਵਿਛੋੜੇ ਦਾ ਦੁੱਖ ਮਹਾਰਾਜ ਮੈਂ ਕਿਵੇਂ ਸਹਾਰਨਾ ਕਰਾਂ। ਚਾਤ੍ਰਿਕ ਬੂੰਦ ਪਿਆਸਿਆ, ਜਿਵੇਂ ਬਬੀਹਾ ਸਵਾਂਤੀ ਬੂੰਦ ਤੋਂ ਪਿਆਸਾ ਹੋਇਆ ਵਿਲਕਦਾ ਹੀ ਰਹਿੰਦਾ, ਹਰ ਵੇਲੇ ਪ੍ਰਿਓ ਪ੍ਰਿਓ ਕਰਕੇ ਤਰਲਾ ਹੀ ਕਰਦਾ ਰਹਿੰਦਾ ਹੈ, ਮਹਾਰਾਜ ਮੇਰਾ ਮਨ ਵੀ ਉਸ ਪਪੀਹੇ ਵਰਗਾ ਹੈ, ਮੈਂ ਨਾਮ ਰੂਪੀ ਸਵਾਂਤੀ ਬੂੰਦ ਤੋਂ ਪਿਆਸਾ ਹੋਇਆ ਵਿਲਕਦਾ ਹੀ ਪਿਆ ਕਿ ਕਦੋਂ ਮੈਨੂੰ ਸਵਾਂਤੀ ਬੂੰਦ ਨਾਮ ਦੀ ਪ੍ਰਾਪਤ ਹੋਵੇ ਤਾਂ ਕਿ ਮੇਰਾ ਭਲਾ ਹੋਣਾ ਕਰੇ। ਕਬ ਰਹਿਣ ਬਿਹਾਵੇ ਚੱਕਵੀ ਸੁੱਖ ਪਾਵਾ, ਚੱਕਵੀ ਅਤੇ ਚਕਵਾ ਜਿਹੜੇ ਨੇ ਰਾਤ ਨੂੰ ਉਹਨਾਂ ਦਾ ਵਿਛੋੜਾ ਪੈ ਜਾਂਦਾ ਹੈ। ਪੁਰਾਣਕ ਕਥਾ ਵਿੱਚ ਇੱਕ ਬਚਨ ਆਉਂਦਾ ਹੈ ਕਿ ਭਗਵਾਨ ਰਾਮ ਚੰਦਰ ਦੀਆਂ ਨੂੰ 14 ਸਾਲ ਦਾ ਬਨਵਾਸ ਮਿਲਿਆ ਅਤੇ ਇਸ ਬਨਵਾਸ ਦੇ ਵਿੱਚ ਰਾਵਣ ਸੀਤਾ ਨੂੰ ਚੁੱਕ ਕੇ ਲੈ ਗਿਆ, ਅਪਹਰਨ ਕਰ ਲਿਆ ਉਸਨੇ, ਅਤੇ ਉਸ ਵੇਲੇ ਰਾਤ ਨੂੰ ਇਹ ਚੱਕਵੀ ਚਕਵਾ ਜਿਹੜੇ ਸਨ ਇਕੱਠੇ ਬੈਠੇ ਹੋਏ, ਉਹਨਾਂ ਨੂੰ ਵੇਖ ਕੇ ਕਹਿੰਦੇ ਰਾਮ ਜੀਆਂ ਨੇ ਬਚਨ ਆਖਿਆ, ਮੇਰਾ ਵਿਛੋੜਾ ਪਿਆ, ਤੁਸੀਂ ਆਪਸ ਵਿੱਚ ਗੱਲਾਂ ਕਰਦੇ ਪਏ, ਤੁਹਾਡਾ ਵੀ ਰਾਤ ਨੂੰ ਵਿਛੋੜਾ ਪੈ ਜਾ ਕਰੇਗਾ। ਸੋ ਇਸ ਤਰ੍ਹਾਂ ਦਾ ਬਚਨ ਕਹਿੰਦੇ, ਜਾਂ ਆਪਾਂ ਇਹ ਗੱਲ ਕਹਿ ਰਹੀਏ ਵੀ ਜੀਵਾਂ ਦਾ ਸੁਭਾਅ ਹੀ ਇਹੋ ਜਿਹਾ ਰੱਬ ਨੇ ਬਣਾਇਆ ਹੋਇਆ, ਚੱਕਵੀ ਚਕਵੇ ਨੂੰ ਜੇ ਪਿੰਜਰੇ ਵਿੱਚ ਇਕੱਠਾ ਕਰਕੇ ਵੀ ਬਿਠਾ ਦਿਓਗੇ ਨਾ, ਅਤੇ ਤਾਂ ਵੀ ਰਾਤ ਨੂੰ ਇੱਕ ਦੂਜੇ ਵੱਲ ਪਿੱਠ ਕਰਕੇ ਬੈਠ ਜਾਂਦੇ, ਰਾਤ ਨੂੰ ਗੱਲ ਹੀ ਨਹੀਂ ਕਰਦੇ ਇੱਕ ਦੂਜੇ ਨਾਲ, ਦਿਨੇ ਜਾ ਕੇ ਇੱਕ ਦੂਜੇ ਨਾਲ ਮਿਲਦੇ, ਇਹ ਸੁਭਾਅ ਬਣਾਇਆ ਪਰਮਾਤਮਾ। ਚੱਕੀ ਜੋ ਨਿਸ ਬਿਸਰੈ ਆਏ ਮਿਲੇ ਪ੍ਰਭਾਤ, ਜੋ ਨਰ ਬਿਸਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ। ਚੱਕਵੀ ਤਾਂ ਰਾਤ ਨੂੰ ਚੱਕਵੇ ਨਾਲੋਂ ਵਿਛੜ ਜਾਂਦੀ ਹੈ ਪਰ ਦਿਨੇ ਆ ਕੇ ਫਿਰ ਵੀ ਮਿਲ ਜਾਂਦੀ ਹੈ,
ਜਿਹੜੇ ਬੰਦੇ ਰੱਬ ਦੇ ਨਾਲੋਂ ਵਿਛੜ ਗਏ ਉਹ ਨਾ ਦਿਨੇ ਨਾ ਰਾਤ ਕਦੇ ਰੱਬ ਨੂੰ ਮਿਲੇ ਹੀ ਨਹੀਂ, ਕਦੇ ਯਤਨ ਹੀ ਨਹੀਂ ਕੀਤਾ ਹੈ। ਮਹਾਰਾਜ ਫਰਮਾਉਂਦੇ ਹਨ ਕਬ ਰਹਿਣ ਬਿਹਾਵੇ ਚੱਕਵੀ ਸੁੱਖ ਪਾਵੇ। ਚੱਕਵੀ ਪੁਕਾਰਦੀ ਹੈ ਪਰਮਾਤਮਾ, ਕਦੋਂ ਇਹ ਰਾਤ ਬਤੀਤ ਹੋਵੇ ਤੇ ਮੇਰਾ ਸਵੇਰ ਵੇਲੇ ਚੱਕਵੇ ਨਾਲ ਮਿਲਾਪ ਹੋਵੇ ਤੇ ਮੈਂ ਸੁੱਖ ਨੂੰ ਪ੍ਰਾਪਤ ਕਰਾਂ। ਸੂਰਜ ਕਿਰਨ ਪ੍ਰਗਾਸਿਆ, ਸੂਰਜ ਦੀਆਂ ਕਿਰਨਾਂ ਪ੍ਰਾਪਤ ਹੋਣ, ਪ੍ਰਕਾਸ਼ ਹੋਵੇ ਤੇ ਮੈਨੂੰ ਮੇਰਾ ਪਤੀ ਚੱਕਵਾ ਮਿਲ ਜਾਵੇ। ਇਸੇ ਤਰ੍ਹਾਂ ਮਹਾਰਾਜ ਫਿਰ ਫਰਮਾਉਂਦੇ ਹਨ ਸੂਰਜ ਕਿਰਨ ਪ੍ਰਗਾਸਿਆ। ਪਾਤਸ਼ਾਹ ਕਹਿਣ ਲੱਗੇ ਕਬ ਰਹਿਣ ਵਿਹਾਵੇ ਚੱਕਵੀ ਸੁੱਖ ਪਾਵੇ। ਇਹ ਜੀਵ ਰੂਪੀ ਜਿਹੜੀ ਚੱਕਵੀ ਹੈ ਇਹ ਬੇਨਤੀ ਕਰਦੀ ਵੀ ਪਰਮਾਤਮਾ ਕਿਰਪਾ ਕਰੋ, ਗੁਰੂ ਰੂਪੀ ਸੂਰਜ ਕਦੋਂ ਪ੍ਰਕਾਸ਼ ਹੋਣਾ ਕਰੇ। ਸੂਰਜ ਕਿਰਨ ਪ੍ਰਗਾਸਿਆ, ਗੁਰੂ ਰੂਪੀ ਸੂਰਜ ਪ੍ਰਕਾਸ਼ ਹੋ ਕੇ ਗਿਆਨ ਦੀਆਂ ਕਿਰਨਾਂ ਮੈਨੂੰ ਬਖਸ਼ਿਸ਼ ਕਰੇ ਤਾਂ ਕਿ ਮੈਂ ਬ੍ਰਹਮ ਰੂਪੀ ਚੱਕਵੇ ਨਾਲੋਂ ਵਿਛੜਿਆ ਹੋਇਆ ਗੁਰੂ ਕਿਰਪਾ ਨਾਲ ਉਸ ਨੂੰ ਮਿਲਣਾ ਕਰਾਂ। ਸੋ ਜਿਸ ਦਾ ਦਿਨ ਹਰੀ ਦੇ ਦਰਸ਼ਨਾਂ ਦੇ ਵਿੱਚ ਲੱਗਾ ਹੋਇਆ ਹੈ, ਜਿਸ ਦਾ ਮਨ ਉਹਦੇ ਦਰਸ਼ਨਾਂ ਵਿੱਚ ਲੱਗਾ ਹੋਇਆ ਹੈ, ਕਹਿੰਦੇ ਉਹ ਬੰਦਾ ਸ੍ਰੇਸ਼ਟ ਭਾਗਾਂ ਵਾਲਾ ਹੈ। ਦਿਨ ਹਰ ਗੁਣ ਗਾਹੀ, ਉਹ ਗੁਰਮੁਖ ਦਿਨੇ ਰਾਤ ਫਿਰ ਉਸਦੇ ਗੁਣਾਂ ਨੂੰ ਗਾਉਂਦੇ ਹਨ। ਨਾਨਕ ਦਾਸ ਕਹੇ ਬੇਨਤੀ, ਸਤਿਗੁਰੂ ਕਹਿੰਦੇ ਦਾਸ ਬਣ ਕੇ ਅਸੀਂ ਤੇਰੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ। ਕਤ ਹਰ ਬਿਨ ਪ੍ਰਾਣ ਟਿਕਾਹੀ, ਮਹਾਰਾਜ ਤੁਹਾਡੇ ਬਿਨਾਂ ਮੇਰੇ ਪ੍ਰਾਣ ਕਿਸ ਤਰ੍ਹਾਂ ਟਿਕ ਸਕਦੇ। ਜਿੰਨਾ ਚਿਰ ਤੁਹਾਡੀ ਪ੍ਰਾਪਤੀ ਨਹੀਂ ਹੁੰਦੀ, ਨਾਮ ਦੀ ਕਿਰਪਾ ਨਹੀਂ ਕਰਦੇ, ਉਹਨਾਂ ਚਿਰ ਪ੍ਰਾਣ ਕਿਵੇਂ ਟਿਕਦੇ ਹਨ। ਸਾਸ ਬਿਨਾਂ ਜਿਉਂ ਦੇਹੋਰੀ ਕਤ ਸੋਭਾ ਪਾਵੇ। ਮਹਾਰਾਜ ਕਹਿੰਦੇ ਸਾਹਾਂ ਤੋਂ ਬਿਨਾਂ ਕਦੇ ਸਰੀਰ ਸੋਭਾ ਨਹੀਂ ਪਾਉਂਦਾ। ਸਰੀਰ ਭਾਵੇਂ ਤੁਹਾਡਾ ਕਿੰਨਾ ਵੀ ਸੋਹਣਾ ਕਿਉਂ ਨਾ ਹੋਵੇ, ਗੋਰਾ ਚਿੱਟਾ ਰੰਗ ਹੋਵੇ, ਬੜਾ ਸੱਜਿਆ ਫੱਬਿਆ ਸਰੀਰ ਹੋਵੇ, ਪਰ ਇਹ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਵਿੱਚ ਜਾਨ ਹੈ। ਜਦੋਂ ਜਾਨ ਨਿਕਲ ਗਈ ਨਾ, ਉਦੋਂ ਮੁਰਦਾ ਸਰੀਰ ਭਾਵੇਂ ਕਿੰਨਾ ਵੀ ਸੋਹਣਾ ਕਿਉਂ ਨਾ ਹੋਵੇ, ਉਹਦੀ ਕੋਈ ਸ਼ੋਭਾ ਨਹੀਂ, ਕੋਈ ਹੱਥ ਵੀ ਨਹੀਂ ਲਾਉਂਦਾ, ਸਾਰੇ ਪਰੇ ਹੋ ਜਾਂਦੇ। ਮੁਰਦਾ ਸਰੀਰ ਭਾਵੇਂ ਸੋਹਣਾ ਕਿੰਨਾ ਵੀ ਕਿਉਂ ਨਾ ਹੋਵੇ, ਪਰ ਉਹ ਸ਼ੋਭਾ ਨਹੀਂ ਹੈ, ਕੋਈ ਡਰਦਾ ਹੱਥ ਵੀ ਨਹੀਂ ਲਾਉਂਦਾ ਉਹਨੂੰ, ਅਤੇ ਜਿਉਂਦੇ ਸਰੀਰ ਨੂੰ ਛੱਡਦਾ ਕੋਈ ਨਹੀਂ ਹੈ। ਮਹਾਰਾਜ ਕਹਿਣ ਲੱਗੇ ਸਾਸ ਬਿਨਾਂ ਦਿਹੋਰੀ, ਸਾਹਾਂ ਤੋਂ ਬਿਨਾਂ ਜਿਹੜੀ ਦਿਹੋਰੀ ਹੈ, ਜਿਹੜਾ ਸਰੀਰ ਹੈ, ਕੱਤ ਸੋਭਾ ਪਾਵੇ, ਕਿਵੇਂ ਸੋਭਾ ਪਾ ਸਕਦਾ ਨਹੀਂ, ਜਾਣ ਤੋਂ ਬਿਨਾਂ ਤਾਂ ਇਸ ਸਰੀਰ ਦੀ ਵੀ ਕੋਈ ਸੋਭਾ ਨਹੀਂ ਹੈ। ਦਰਸ ਬਿਹੋਣਾ ਸਾਧ ਜਨ, ਇਸੇ ਤਰ੍ਹਾਂ ਸਾਧੂਆਂ ਜਣਾਂ ਦੇ ਦਰਸ਼ਨ ਕੀਤੇ ਤੋਂ ਬਿਨਾਂ ਇਹ ਜਿਹੜਾ ਮਨ ਹੈ ਖਿਣ ਟਿਕਣ ਨਾ ਆਵੇ। ਇੱਕ ਖਿਣ ਟਿਕਣ ਵਿੱਚ ਨਹੀਂ ਆਉਂਦਾ, ਇੱਕ ਖਿਣ ਵੀ ਨਹੀਂ ਟਿਕਦਾ। ਜਿਵੇਂ ਸਾਹਾਂ ਤੋਂ ਬਿਨਾਂ, ਜਾਣ ਤੋਂ ਬਿਨਾਂ ਸਰੀਰ ਸੋਭਾ ਨਹੀਂ ਪਾਉਂਦਾ, ਇਸੇ ਤਰ੍ਹਾਂ ਇਹ ਜਿਹੜਾ ਸਾਡਾ ਮਨ ਹੈ, ਗੁਰਮੁਖੋ ਸਾਧੂ, ਗੁਰਮੁਖਾਂ ਦੀ ਸੰਗਤ ਬਿਨਾਂ ਟਿਕ ਨਹੀਂ ਸਕਦਾ ਹੈ। ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ, ਹਰੀ ਪਰਮਾਤਮਾ ਤੋਂ ਬਿਨਾਂ ਜਿਹੜਾ ਰਹਿਣਾ ਹੈ ਇਹ ਤੇ ਸਮਝ ਲਓ ਵੀ ਨਰਕਾਂ ਦੇ ਦੁੱਖ ਹੀ ਸਹਾਰਨੇ ਹਨ। ਚਰਨ ਕਮਲ ਮਨ ਵਿਦਿਆ, ਜਿਨ੍ਹਾਂ ਦਾ ਮਨ ਚਰਨਾ ਕਮਲਾਂ ਵਿੱਚ ਵਿੰਨਿਆ ਗਿਆ, ਭਾਵ ਕੇ ਤਦਾਕਾਰ ਹੋ ਗਿਆ, ਲਿਵਲੀਨ ਹੋ ਗਿਆ ਹੈ। ਰਸ ਬੈਰਾਗੀ ਨਾਮ ਲਿਵ ਲਾਗੀ, ਉਹ ਜਿਹੜੇ ਗੁਰਮੁਖ ਨੇ ਹਰੀ ਦਾ ਰਸਕ ਇਹ ਪ੍ਰੇਮੀ ਹੋ ਗਿਆ, ਹਰ ਰਸਕ ਹਰੀ ਪਰਮਾਤਮਾ ਦੇ ਪ੍ਰੇਮੀ ਹੋ ਗਏ, ਸੰਸਾਰ ਦੇ ਵੱਲੋਂ ਵੈਰਾਗਵਾਨ ਹੋ ਗਏ ਹਨ। ਕਤੋਂ ਨਾ ਜਾਏ ਨਖੇਦਿਆ, ਤੇ ਨਾਮ ਸਿਮਰਨ ਵਿੱਚ ਐਸੇ ਲੱਗੇ ਨੇ ਫਿਰ ਉਹਨਾਂ ਦਾ ਮਨ ਕਦੇ ਵੀ ਨਾਮ ਸਿਮਰਨ ਤੋਂ ਬਾਹਰ ਹੀ ਨਹੀਂ ਹੁੰਦਾ ਹੈ। ਐਸੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਕਦੇ ਵੀ ਨਖੇਦਿਆ ਕਹੀਏ ਫਿਰ ਸਮਾਜ ਤੋਂ ਬਾਹਰ ਨਹੀਂ ਕੱਢਿਆ ਜਾਂਦਾ, ਜਾਂ ਪਰਮਾਤਮਾ ਦੇ ਦਰਬਾਰ ਤੋਂ ਬਾਹਰ ਨਹੀਂ ਕੱਢਿਆ ਜਾਂਦਾ।
ਐਸੀ ਕਿਰਪਾ ਨੂੰ ਪਾਉਂਦੇ ਹਨ। ਹਰਸੋ ਜਾਏ ਮਿਲਣਾ ਸਾਧ ਸੰਗ ਰਹਿਣਾ, ਜਿਹੜਾ ਪੁਰਸ਼ ਸਾਧ ਸੰਗਤ ਵਿੱਚ ਰਹਿੰਦਾ ਹੈ ਉਹ ਜਾ ਕੇ ਹਰੀ ਨੂੰ ਮਿਲਦਾ ਹੈ। ਸੋ ਸੁਖ ਅੰਕ ਨਾਮ ਆਵੈ, ਉਹ ਜਿਹੜਾ ਸੁਖ ਹੈ ਨਾ ਪਰਮਾਤਮਾ ਦੀ ਪ੍ਰਾਪਤੀ ਦਾ ਅੰਕ ਕਹੀਏ ਨਾਮ ਆਵੈ, ਹਿਰਦੇ ਵਿੱਚ ਨਹੀਂ ਸਮਾਉਂਦਾ, ਇੰਨਾ ਸੁਖ ਹੈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਜਿਹੜਾ ਸੇਵਾ ਸਿਮਰਨ ਕਰਕੇ ਸੁਖ ਮਿਲਦਾ, ਉਹ ਇੰਨਾ ਵੱਡਾ ਸੁਖ ਹੈ ਵੀ ਕਿਸੇ ਦੇ ਹਿਰਦੇ ਵਿੱਚ ਸਮਾਉਂਦਾ ਨਹੀਂ ਹੈ। ਉਹ ਕਿਰਪਾਲ ਨਾਨਕ ਸਵਾਮੀ, ਸਤਿਗੁਰੂ ਪਾਤਸ਼ਾਹ ਕਹਿਣ ਲੱਗਿਆ ਮੇਰੇ ਸਵਾਮੀ ਮੇਰੇ ਤੇ ਕਿਰਪਾ ਕਰੋ, ਹਰ ਚਰਨ ਸੰਗ ਸਮਾਵੈ, ਆਪ ਕਿਰਪਾ ਕਰੋ ਮੇਰਾ ਧਿਆਨ ਆਪ ਜੀ ਦੇ ਚਰਨਾਂ ਵਿੱਚ ਸਮਾ ਜਾਣਾ ਕਰੇ। ਖੋਜਤ ਖੋਜਤ ਪ੍ਰਭ ਮਿਲੇ ਹਰ ਕਰਨਾ ਧਾਰੇ, ਖੋਜਦਿਆਂ ਖੋਜਦਿਆਂ ਪਰਮਾਤਮਾ ਮਿਲੇ, ਪਰ ਮਿਲੇ ਉਸ ਵੇਲੇ ਜਿਸ ਵੇਲੇ ਹਰੀ ਨੇ ਕਿਰਪਾ ਕੀਤੀ ਹੈ। ਲੱਭਿਆ ਮੈਂ ਜ਼ਰੂਰ ਹੈ ਪਰ ਮਿਲਿਆ ਮੈਨੂੰ ਉਦੋਂ ਹੀ ਹੈ ਜਦੋਂ ਉਹਨੇ ਆਪ ਕਿਰਪਾ ਕੀਤੀ ਹੈ, ਉਹਦੀ ਕਿਰਪਾ ਬਿਨਾਂ ਮੈਂ ਉਸਨੂੰ ਲੱਭ ਨਹੀਂ ਸਕਿਆ। ਹਾਂ ਨਿਰਗੁਣ ਨੀਚ ਅਨਾਥ ਮੈਂ, ਮਹਾਰਾਜ ਮੈਂ ਨਿਰਗੁਣ ਹਾਂ, ਮੇਰੇ ਵਿੱਚ ਚੰਗਾ ਗੁਣ ਹੀ ਕੋਈ ਨਹੀਂ, ਔਗੁਣਾਂ ਦਾ ਮੈਂ ਭਰਿਆ। ਨੀਚ ਕਹੀਏ ਬੜਾ ਨੀਵਾਂ ਹਾਂ, ਅਨਾਥ ਕਹੀਏ ਮਹਾਰਾਜ ਯਤੀਮ ਹਾਂ, ਮੇਰਾ ਕੋਈ ਚੰਗਾ ਟਿਕਾਣਾ ਵੀ ਨਹੀਂ ਹੈ। ਨਹੀਂ ਦੋਖ ਵਿਚਾਰੇ, ਇਹ ਮੇਰੇ ਵਿੱਚ ਦੋਸ਼ ਕਹੀਏ ਔਗਣ ਹੀ ਔਗਣ ਨੇ, ਪਰ ਤੁਸੀਂ ਨਹੀਂ ਕਦੇ ਵਿਚਾਰਿਆ। ਦੁਨਿਆਵੀ ਤੌਰ 'ਤੇ ਤੁਸੀਂ ਰਿਸ਼ਤਾ ਕਰਨਾ ਹੋਵੇ ਨਾ ਤਾਂ ਪੁੱਛਿਆ ਜਾਂਦਾ ਕਿਹੜਾ ਖਾਨਦਾਨ ਹੈ, ਕਿਹੜੀ ਬਰਾਦਰੀ ਹੈ, ਕਿਹੜੀ ਜਾਤ ਹੈ, ਕਿਹੜੀ ਪਾਤ ਹੈ, ਕੀ ਕੰਮ ਕਰਦਾ। ਪਰਮਾਤਮਾ ਨੇ ਜਿਹਨੂੰ ਮਿਲਣਾ ਹੈ, ਪਰਮਾਤਮਾ ਕਦੇ ਇਹ ਨਹੀਂ ਪੁੱਛਦਾ ਵੀ ਤੂੰ ਕਿਹੜੀ ਜਾਤ ਵਿੱਚੋਂ ਹੈ, ਕਿਹੜੀ ਬਰਾਦਰੀ ਵਿੱਚੋਂ ਹੈ, ਤੈਨੂੰ ਕਿੰਨੇ ਭਜਾਇਆ ਹੈ, ਤੂੰ ਕਿਹਦੇ ਨਾਲ ਮਿਲਿਆ, ਤੇਰੇ ਕੋਲ ਕਿੰਨਾ ਪ੍ਰੇਮ ਹੈ, ਤੇਰੇ ਵਿੱਚ ਕਿੰਨੇ ਔਗਣ ਨੇ। ਨਹੀਂ, ਉਹ ਕਿਸੇ ਦੀ ਜਾਤ ਪਾਤ ਬਰਾਦਰੀ ਔਗਣ ਨਹੀਂ ਵੇਖਦਾ, ਜਿੱਥੇ ਕਿਰਪਾ ਕਰਦਾ ਉਹਨੂੰ ਇਸ ਤਰ੍ਹਾਂ ਹੀ ਮਿਲ ਜਾਂਦਾ ਹੈ। ਨਹੀਂ ਦੁੱਖ ਵਿਚਾਰੇ ਪੂਰਨ ਸੁੱਖ ਸਾਰੇ, ਉਹ ਪਰਮਾਤਮਾ ਕਿਸੇ ਦੇ ਦੁੱਖਾਂ ਨੂੰ ਵਿਚਾਰਦਾ ਨਹੀਂ, ਦੋਸ਼ ਭੁਲਾ ਹੀ ਦਿੰਦਾ ਹੈ ਅਤੇ ਪੂਰਨ ਸੁਖਾਂ ਦੀ ਦਾਤ ਬਖਸ਼ਿਸ਼ ਕਰਦਾ ਹੈ। ਪਾਵਨ ਬਿਰਧ ਬਖਾਨਿਆ, ਉਸ ਦਾ ਬਿਰਧ ਜਿਹੜਾ ਪਾਵਨ ਪਵਿੱਤਰ ਕਥਨ ਕੀਤਾ ਜਾਂਦਾ ਹੈ। ਭਗਤ ਵਛਲ ਸੁਨ ਅੰਚਲੋ, ਭਗਤ ਵਛਲ ਸੁਨ ਅੰਚਲੋ ਗਿਆ, ਮਹਾਰਾਜ ਕਹਿਣ ਲੱਗੇ ਉਹ ਭਗਤ ਵਛਲ ਹੈ, ਇਹ ਗੱਲ ਸੁਣ ਕੇ ਉਸਦਾ ਪੱਲਾ ਫੜਿਆ ਹੈ। ਘਟ ਘਟ ਪੂਰ ਸਮਾਨਿਆ, ਸਾਰਿਆਂ ਥਾਵਾਂ ਤੇ ਪਰਿਪੂਰਨ ਹੋ ਰਿਹਾ, ਸੁਭਾਇਮਾਨ ਹੋ ਰਿਹਾ ਹੈ। ਸੁਖ ਸਾਗਰੋ ਪਾਇਆ ਸਹਿਜ ਸੁਭਾਇਆ, ਜਿਸ ਵੇਲੇ ਸਹਿਜ ਸੁਭਾਇਆ ਸ਼ਾਂਤੀ ਸੁਭਾਅ ਦੇ ਨਾਲ ਸੁਖਾਂ ਦੇ ਸਾਗਰ ਪਰਮੇਸ਼ਰ ਪਰਮਾਤਮਾ ਨੂੰ ਪਾਇਆ ਹੈ। ਜਨਮ ਮਰਨ ਦੁੱਖ ਹਾਰੇ, ਉਸ ਵੇਲੇ ਜੰਮਣ ਦੇ ਮਰਨ ਦੇ ਸਾਰੇ ਦੁੱਖ ਹਾਰੇ ਕਹੀਏ ਖਤਮ ਹੋ ਗਏ, ਨਾਸ ਹੋ ਗਏ ਹਨ। ਕਰ ਕੇ ਲੀਨੇ ਨਾਨਕ ਦਾਸ ਆਪਣੇ, ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਉਸਨੇ ਆਪਣੇ ਦਾਸ ਬਣਾਇਆ ਹੈ ਉਹਨਾਂ ਦਾ ਮਨ ਰੂਪੀ ਹੱਥ ਸਤਿਗੁਰੂ ਫੜ ਲੈਂਦੇ ਹਨ। ਰਾਮ ਨਾਮ ਉਰਹਾਰੇ, ਉਹਨਾਂ ਨੇ ਰਾਮ ਦੇ ਨਾਮ ਦਾ ਹਾਰ ਪਾ ਲਿਆ ਗੱਲ ਦੇ ਵਿੱਚ, ਉਹ ਗੁਰਮੁਖ ਜਿਹੜੇ ਨੇ ਰਾਮ ਦੇ ਨਾਮ ਦਾ ਹਾਰ ਪਾ ਲਿਆ ਜਿਨ੍ਹਾਂ ਨੇ, ਉਹਨਾਂ ਨੂੰ ਪਰਮਾਤਮਾ ਨੇ ਕਿਰਪਾ ਕਰਕੇ ਮਨ ਰੂਪੀ ਹੱਥ ਫੜ ਲਿਆ ਹੈ। ਜਿਵੇਂ ਬੱਚੇ ਦਾ ਹੱਥ ਫੜ ਲਈਏ ਤਾਂ ਉਹ ਮੇਲੇ ਵਿੱਚ ਗੁਆਚਦਾ ਨਹੀਂ, ਇਹ ਸੰਸਾਰ ਵੀ ਮੇਲਾ ਹੈ, ਇਹਦੇ ਵਿੱਚ ਸਾਡਾ ਮਨ ਭੱਜਾ ਫਿਰਦਾ, ਕਦੇ ਇੱਧਰ ਕਦੇ ਉੱਧਰ ਮਨ ਗੁਆਚ ਜਾਏਗਾ। ਸਤਿਗੁਰਾਂ ਨੇ ਮਨ ਹੀ ਫੜ ਲਿਆ ਹੈ, ਮਨ ਨੂੰ ਕਦੇ ਭੱਜਣ ਹੀ ਨਹੀਂ ਦਿੱਤਾ ਹੈ ਅਤੇ ਆਪਣੇ ਨਾਲ ਮਿਲਾ ਲਿਆ, ਐਸੀ ਕਿਰਪਾ ਕੀਤੀ ਹੈ। ਇਹ ਸਤਿਗੁਰੂ ਪਾਤਸ਼ਾਹ ਨੇ ਕਦਾਰਾ ਰਾਗ ਦੇ ਅੰਦਰ ਉਪਦੇਸ਼ ਬਖਸ਼ਿਆ ਹੈ। ਕੱਲ੍ਹ ਨੂੰ ਆਪਾਂ ਕਦਾਰਾ ਰਾਗ ਦੀ ਭਗਤ ਬਾਣੀ ਵਿੱਚ ਕਬੀਰ ਸਾਹਿਬ ਜੀਆਂ ਦਾ ਸ਼ਬਦ ਜੋ ਹੈ ਉਸਤਤ ਨਿੰਦਾ ਦੋਹ ਬਿਵਰਜਿਤ, ਇਹ ਸਰਵਣ ਕਰਾਂਗੇ। ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਇੱਥੇ ਬਾਣੀ ਸੰਪੂਰਨ ਹੋਈ ਹੈ।
ਅੱਗੇ ਹੁਣ ਭਗਤਾਂ ਦੀ ਬਾਣੀ ਦੀ ਵਿਚਾਰ ਸ਼ੁਰੂ ਹੋਵੇਗੀ। ਪੁੱਲਾਂ ਚੁੱਕਾਂ ਦੀ ਮੁਆਫ਼ੀ ਦਿਓ ਸੱਜਣ ਅਸੀਂ ਸੜੀਆਂ ਸਾਹਿਬ ਸਿਉ ਮੇਲ ਸੁਖ ਸਾਗਰੋ ਪਾਇਆ ਸਹਿ ਸੁਭਾਇਆ ਜਨਮ ਮਰਨ ਦੁੱਖ ਹਾਰੇ ਕਰ ਗਲੀਨੇ ਨਾਨਕ ਦਾਸ ਆਪਣੇ ਰਾਮ ਨਾਮ ਉਰਹਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।